ਸਤਿ ਸ੍ਰੀ ਅਕਾਲ, ਅਦਾਬ, ਨਮਸਤੇ ਤੇ ਗੁੱਡ ਆਫਟਰਨੂਨ। ਮੈਂ ਆ ਤੁਹਾਡਾ ਹੋਸਟ ਤੇ ਦੋਸਤ ਨਿਕ ਬਾਟ, ਫਿਲਾਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਦਿਲ ਦੀਆਂ ਗੱਲਾਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਥੱਲੇ ਲਿਖੇ ਨੰਬਰ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਜਾਂ ਫਿਰ ਸਾਡੇ ਮਹਿਮਾਨ ਦੇ ਨਾਲ ਕੋਈ ਵੀ ਕੁਐਸਚਨ ਨੇ, ਕੋਈ ਫਰਮਾਇਸ਼ ਤੁਸੀਂ ਜ਼ਰੂਰ ਕਰ ਸਕਦੇ ਹੋ। ਸੋ ਦਰਸ਼ਕੋ, ਹਰ ਹਫ਼ਤੇ ਮੰਗਲਵਾਰ ਨੂੰ ਜਿਸ ਤਰ੍ਹਾਂ ਅਸੀਂ ਤੁਹਾਡੇ ਲਈ ਐਂਟਰਟੇਨਮੈਂਟ ਲੈ ਕੇ ਆਉਂਦੇ ਹਾਂ, ਇਸ ਐਂਟਰਟੇਨਮੈਂਟ ਦੇ ਗੁਲਦਸਤੇ ਦੇ ਵਿੱਚ ਇੱਕ ਨਵਾਂ ਫੁੱਲ ਲਾਉਂਦੇ ਹਾਂ, ਉਸੇ ਤਰ੍ਹਾਂ ਹੀ ਇਸ ਹਫ਼ਤੇ ਵੀ ਅਸੀਂ ਤੁਹਾਡੇ ਲਈ ਇੱਕ ਐਂਟਰਟੇਨਮੈਂਟ ਦਾ ਗੁਲਦਸਤੇ ਦੇ ਵਿੱਚ ਇੱਕ ਫੁੱਲ ਲਗਾਇਆ ਹੈ, ਜਿਨ੍ਹਾਂ ਦੇ ਤੁਸੀਂ ਕਾਫ਼ੀ ਸਾਰੇ ਗੀਤ ਸੁਣੇ ਨੇ, ਜਿਨ੍ਹਾਂ ਦੇ 200 ਤੋਂ ਵੀ ਵੱਧ ਗੀਤ ਹੁਣ ਤੱਕ ਆ ਚੁੱਕੇ ਨੇ। ਅਤੇ ਅਕਸਰ ਉਹਨਾਂ ਦੇ ਗੀਤ, ਖਾਸ ਕਰਕੇ ਜੇ ਆਪਾਂ ਇਹਨਾਂ ਮੁਲਕਾਂ ਦੀ ਗੱਲ ਕਰੀਏ, ਤਾਂ ਜਿੰਨੇ ਵੀ ਭੰਗੜਾ ਕੰਪੀਟੀਸ਼ਨਸ ਹੁੰਦੇ ਨੇ ਜਾਂ ਭੰਗੜਾ ਬਲੋ ਆਊਟ, ਜਿੰਨੇ ਵੀ ਇਸ ਤਰੀਕੇ ਦੇ, ਉਸ ਦੇ ਵਿੱਚ ਉਹਨਾਂ ਦੇ ਗੀਤ ਕਾਫ਼ੀ ਯੂਜ਼ ਹੁੰਦੇ ਨੇ। ਅਤੇ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਉਹਨਾਂ ਨੂੰ ਹੋ ਸਕਦਾ ਆ ਬਾਈ ਫੇਸ ਨਹੀਂ ਦੇਖਿਆ ਹੋਏਗਾ, ਪਰ ਅੱਜ ਅਸੀਂ ਤੁਹਾਡੇ ਰੂਬਰੂ ਉਹਨਾਂ ਨੂੰ ਕਰਾਵਾਂਗੇ ਅਤੇ ਉਹਨਾਂ ਦੀ ਦਿਲ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਵਾਂਗੇ। ਜੇ ਤਾਂ ਤੁਹਾਡੇ ਦਿਲ 'ਚ ਵੀ ਕੋਈ ਵੀ ਗੱਲ ਹੋਏਗੀ, ਕੋਈ ਵੀ ਕੁਐਸਚਨ ਹੋਏਗਾ, ਤੁਸੀਂ ਉਹਨਾਂ ਨਾਲ ਜ਼ਰੂਰ ਕਰ ਸਕਦੇ ਹੋ। ਸੋ ਮੈਂ ਆਪਣੇ ਜਸ ਪਰਿਵਾਰ ਦੇ ਮਾਧਿਅਮ ਰਾਹੀਂ ਫਿਲਾਡਲਫੀਆ ਤੋਂ ਸਵਾਗਤ ਕਰ ਰਿਹਾ ਵਾਂ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਸਾਡੇ ਅੱਜ ਦੇ ਮਹਿਮਾਨ ਬਖਸ਼ੀ ਬਿੱਲਾ ਜੀ। ਬਖਸ਼ੀ ਬਿੱਲਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਥੈਂਕ ਯੂ, ਸਤਿ ਸ੍ਰੀ ਅਕਾਲ। ਦੂਰ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਹੋਏ ਸਾਡੇ ਜਿੰਨੇ ਵੀ ਸਰੋਤੇ ਨੇ, ਸਾਡੇ ਪਰਦੇਸੀ ਵੀਰ, ਸਭ ਤੋਂ ਪਹਿਲਾਂ ਜਸ ਟੀਵੀ, ਮੈਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਬਖਸ਼ਿਆ। ਥੈਂਕ ਯੂ ਜੀ ਸਰ। ਬਖਸ਼ੀ ਬਿੱਲਾ ਜੀ, ਦਰਸ਼ਕਾਂ ਨੂੰ ਆਪਾਂ ਜਿੱਥੇ ਤੁਹਾਡੀ ਆਵਾਜ਼ ਦੇ ਨਾਲ ਐਂਟਰਟੇਨ ਕਰਨਾ ਹੈ, ਤੁਹਾਡੇ ਗੀਤਾਂ ਦੇ ਨਾਲ ਐਂਟਰਟੇਨ ਕਰਨਾ ਹੈ, ਕਾਫ਼ੀ ਸਾਲਾਂ ਤੋਂ ਤੁਸੀਂ ਆਲਰੇਡੀ ਐਂਟਰਟੇਨ ਕਰ ਰਹੇ ਹੋ ਸਾਡੀ ਜਿਹੜੀ ਆਡੀਅੰਸ ਹੈ ਉਹਨਾਂ ਨੂੰ ਆਪਣੇ ਗੀਤਾਂ ਰਾਹੀਂ, ਆਪਣੀ ਆਵਾਜ਼ ਰਾਹੀਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਸੋ ਆਪਾਂ ਸ਼ੁਰੂਆਤ ਕਰਦੇ ਹਾਂ, ਤੁਹਾਡੇ ਤੁਸੀਂ ਪੰਜਾਬ 'ਚੋਂ ਕਿਹੜੀ ਜਗ੍ਹਾ ਤੋਂ ਆ, ਕਿਸ ਤਰ੍ਹਾਂ ਤੁਹਾਡੀ ਇਸ ਫੀਲਡ ਦੇ ਵਿੱਚ, ਗਾਇਕੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ? ਮੈਂ ਛੋਟੇ ਹੁੰਦੇ ਸਕੂਲ 'ਚ ਪੜ੍ਹਦੇ ਆਏ, ਪ੍ਰਾਇਮਰੀ ਸਕੂਲ ਕਾਂਦੀਆਂਵਾਲੀ ਵਿੱਚ ਪੜ੍ਹਦੇ ਆਏ, ਪੰਜਵੀਂ ਕਲਾਸ ਤੋਂ ਸ਼ੁਰੂਆਤ ਹੋ ਗਈ ਸੀ ਸਫ਼ਰ ਦੀ। ਉਦੋਂ ਤੋਂ ਲੈ ਕੇ ਹੁਣ ਤੱਕ 45 ਸਾਲ ਤੋਂ ਇਸ ਕੰਮ 'ਚ ਲੱਗੇ, ਕਾਫ਼ੀ ਸਮਾਂ ਹੋ ਗਿਆ। 45 ਇਅਰਸ ਹੋ ਗਏ ਤੁਹਾਨੂੰ ਸਿੰਗਿੰਗ ਦੇ ਵਿੱਚ? ਹਾਂਜੀ, 45 ਸਾਲ ਜੀ, ਬਹੁਤ ਲੰਬਾ ਸਫ਼ਰ ਹੈ। ਅਤੇ 45 ਈਅਰ ਦੇ ਵਿੱਚ ਤੁਸੀਂ 200 ਤੋਂ ਵੱਧ ਗੀਤ ਜਿਹੜੇ ਨੇ ਉਹ ਦਰਸ਼ਕਾਂ ਦੀ ਝੋਲੀ ਪਾਏ ਨੇ, ਜਿਸ ਦੇ ਵਿੱਚ ਕਾਫ਼ੀ ਮਕਬੂਲ ਗੀਤ ਵੀ ਨੇ, ਜਿੱਦਾਂ ਕਿ ਮੈਂ ਸਟਾਰਟਿੰਗ 'ਚ ਗੱਲ ਦੱਸ ਰਿਹਾ ਸੀਗਾ ਕਿ ਭੰਗੜਾ ਕੰਪੀਟੀਸ਼ਨਸ ਦੇ ਵਿੱਚ ਤੁਹਾਡੇ ਅਕਸਰ ਕੋਈ ਵੀ ਕੰਪੀਟੀਸ਼ਨ ਹੁੰਦਾ ਵਾ, ਹਰ ਇੱਕ ਟੀਮ ਦੇ ਵਿੱਚ ਤੁਹਾਡੇ ਗੀਤ ਹੁੰਦੇ ਨੇ, ਉਹਦੇ ਵਿੱਚ ਇੱਕ ਦੋ ਸਥਾਈ ਅੰਤਰੇ ਹੋਣ ਜਾਂ ਕੁਛ ਵੀ ਹੋਵੇ, ਤਾਂ ਕਿਉਂਕਿ ਉਹ ਤੁਹਾਡੇ ਗੀਤ ਹੀ ਇੱਦਾਂ ਦੇ ਨੇ, ਉਹ ਜਿਹੜੀ ਬੁਲੰਦ ਆਵਾਜ਼ ਇੱਕ ਹੁੰਦੀ ਹੈ ਉਹ ਹੈ। ਸੋ ਸ਼ੁਰੂਆਤ, ਜਦੋਂ ਸ਼ੁਰੂਆਤ ਹੁੰਦੀ ਹੈ ਤੁਹਾਡਾ, ਸਭ ਤੋਂ ਪਹਿਲਾਂ ਜਿਹੜਾ ਗੀਤ ਕਮਰਸ਼ੀਅਲੀ ਆਇਆ ਉਹ ਕਦੋਂ ਆਇਆ ਤੇ ਕਿਹੜੇ ਸਾਲ 'ਚ ਆਇਆ ਤੇ ਕਿਹੜੇ ਰੈਕਰਡ ਥਰੂ ਆਇਆ? ਸਟਾਰਟਿੰਗ ਵਿੱਚ, ਸ਼ੁਰੂ ਵਿੱਚ ਅਸੀਂ ਸਵਰਗੀ ਕੁਲਦੀਪ ਮਾਨਕ ਸਾਹਿਬ, ਪੰਜਾਬ ਦੀ ਬੁਲੰਦ ਆਵਾਜ਼, ਕਲੀਆਂ ਦੇ ਬਾਦਸ਼ਾਹ, ਉਹਨਾਂ ਦੇ ਗੀਤ ਗਾਉਂਦੇ ਹੁੰਦੇ ਸੀ। ਮੈਂ ਸਭ ਤੋਂ ਪਹਿਲਾਂ ਸਕੂਲ ਵਿੱਚ ਗੀਤ ਗਾਇਆ ਸੀ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਕਹਿੰਦੇ ਗੋਰਿਆਂ ਮੁਕੱਦਮਾ ਕਰਿਆ, ਉਦੋਂ ਮੇਰੀ ਸ਼ੁਰੂਆਤ ਹੋਈ ਸੀ ਬਚਪਨ ਵਿੱਚ ਹੀ। ਉਦੋਂ ਤੋਂ ਬਾਅਦ ਫਿਰ ਚਲਸੋ ਚੱਲੀ ਹੈ ਜੀ, ਬਹੁਤ ਸਾਰੇ ਗੀਤ, ਹੋਰ ਨਵੇਂ ਗੀਤ ਬਹੁਤ ਸਾਰੇ ਆ ਰਹੇ ਨੇ, ਅਲੱਗ ਅਲੱਗ ਕੰਪਨੀਆਂ ਵਿੱਚ ਬਹੁਤ ਸਾਰੇ ਸੌਂਗ ਤੁਹਾਡੇ ਰੂਬਰੂ ਕਰਾਂਗੇ। ਤੋ ਇਸ ਤਰ੍ਹਾਂ ਸ਼ੁਰੂਆਤ ਹੋਈ ਜੀ ਸਕੂਲ 'ਚ ਪੜ੍ਹਦੇ ਸਮੇਂ, ਬਚਪਨ ਤੋਂ ਲੈ ਕੇ ਹੁਣ ਤੱਕ ਜ਼ਿੰਦਗੀ 'ਚ ਸੰਘਰਸ਼ 'ਚ ਜਾ ਰਹੀ ਹੈ, ਲੱਗੇ ਹਾਂ, ਡਟੇ ਹਾਂ, ਔਰ ਬਹੁਤ ਸਾਰੇ ਲੋਕਾਂ ਦਾ ਪਿਆਰ ਮਿਲਦਾ, ਬੜੀ ਖੁਸ਼ੀ ਹੁੰਦੀ ਮਨ 'ਚ ਜਦੋਂ ਲੋਕ ਬਹੁਤ ਸਾਰਾ ਪਿਆਰ ਕਰਦੇ ਨੇ। ਸੀ ਜੀ ਬਿੱਲਾ ਭਾਜੀ, ਆਪਾਂ ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦਾ ਪ੍ਰੋਗਰਾਮ ਦਾ ਆਗਾਜ਼ ਗੀਤ ਸੰਗੀਤ ਤੋਂ, ਉਸ ਵਾਹਿਗੁਰੂ ਦਾ ਆਸ਼ੀਰਵਾਦ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਹਾਂ। ਸੋ ਜੋ ਵੀ ਤੁਸੀਂ ਰੱਬ ਦੇ ਨਾਂ ਦੇ ਉੱਪਰ ਕੋਈ ਵੀ ਗੀਤ ਹੈ ਜਾਂ ਸ਼ਬਦ ਹੈ, ਕੁਛ ਵੀ ਹੈ, ਉਹ ਉੱਥੋਂ ਸ਼ੁਰੂਆਤ ਕਰਦੇ ਹਾਂ ਜੀ। ਜੀ, ਜਿਸ ਤਰ੍ਹਾਂ ਆਪਾਂ ਬਾਣੀ ਵਿੱਚ ਗੁਰੂਆਂ ਦੇ ਜੋ ਉਪਦੇਸ਼ ਉਪਦੇਸ਼ ਆਏ ਨੇ ਸਾਨੂੰ,
ਜਿਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਬਹੁਤ ਸਾਰੇ ਉਪਦੇਸ਼ ਸਾਂਝੀਵਾਲਤਾ ਦਾ ਜੋ ਸੰਦੇਸ਼ ਸਾਨੂੰ ਬਾਣੀ ਚੋਂ ਮਿਲਦਾ ਹੈ ਏਕ ਪਿਤਾ ਏਕ ਸਿਆ ਮਾਰਕ ਏਕ ਨੂਰ ਤੇ ਸਭ ਜਗ੍ਹਾ ਉਪਜਿਆ ਕੌਣ ਭਲੇ ਕੌ ਬੰਦੇ ਇਸ ਤਰ੍ਹਾਂ ਦਾ ਗੀਤ ਹੈ ਇੱਕ ਮੈਸੇਜ ਹੈ ਕਿ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਨਾਲ ਪਿਆਰ ਦੀਆਂ ਜੋ ਸਾਂਝਾਂ ਪਿਆਰ ਨਾਲ ਸਤਿਕਾਰ ਦੇ ਨਾਲ ਦੁਨੀਆਂ ਵਿੱਚ ਰਹਿਣਾ ਚਾਹੀਦਾ ਇਸ ਤਰ੍ਹਾਂ ਦਾ ਗੀਤ ਹੈ ਛੋਟਾ ਜਿਹਾ ਮੈਸੇਜ ਤੁਹਾਨੂੰ ਅੰਦਰ ਸਹੀ ਉਹਦਾ ਰੂਬਰੂ ਕਰ ਰਿਹਾ खूब बहुत ही बुलंद आवाज ताड़ी ते ईरखा मिटा के वंडिए प्यार के जिस तरह आप पिछे जी जिस दी लोड़ है जिस तरह आप पिछला दौर जिहड़ा नंगे आया जिस दे विच घरां दे विच आप रहे हैं काफ़ी देर बंद ते उत्थे एक इस जगह दे कि एक प्यार वधे ने एक अपने परिवार दे नाल समा बिताउण दी बहुत समा मिलिया सानू ਸੋ ਜ਼ਰੂਰ ਆਪਣੇ ਪਰਿਵਾਰ ਬਾਰੇ ਜ਼ਰੂਰ ਸਾਨੂੰ ਜਾਣਕਾਰੀ ਦਿਓ ਸਰ ਜੀ ਮੇਰੀ ਵਾਈਫ ਸ਼ੋਭਨਾ ਉਹ ਸਾਰਾ ਕੰਮ ਦੇਖਦੇ ਨੇ ਜਿੰਨਾ ਵੀ ਹੁੰਦਾ ਜਿੰਨੇ ਵੀ ਸੌਂਗ ਉਹਨੇ ਸਵਰ ਸਿਲੈਕਟ ਕਰਦੇ ਨੇ ਕਪਲ ਸ਼ੀਟ ਬਣਾਉਣੇ ਨਾਲ ਤਿਆਰ ਹੁੰਦੇ ਨੇ ਦੋ ਬੱਚੇ ਬੇਟੀ ਮੇਰੀ ਜਿਹਦੀ ਮੈਰਿਜ ਕਰ ਦਿੱਤੀ ਤੇ 6-7 ਸਾਲ ਪਹਿਲਾਂ ਤੇ ਹੁਣ ਤੇ ਨਾਨੇ ਬਣ ਗਿਆ ਜੀ ਬੇਟੀ ਦੀ ਗਾਂ ਬੇਟੀ ਹੈ ਤੋ ਇੱਕ ਮੇਰਾ ਬੇਟਾ ਜੋ 12ਵੀਂ ਕਲਾਸ ਪੜ੍ਹਦਾ ਤੇ ਸਾਡੀ ਛੋਟੀ ਜਿਹੀ ਫੈਮਿਲੀ ਹੈ ਚਾਰ ਹੀ ਮੈਂਬਰ ਹੈ ਜੀ ਬਾਕੀ ਸੰਗੀਤ ਦਾ ਸਾਰਾ ਪਰਿਵਾਰ ਸਾਡਾ ਜਿਹੜੇ ਲੋਕ ਸਾਨੂੰ ਪਿਆਰ ਕਰਦੇ ਸਾਰੇ ਸਾਡੇ ਜੀ ਇੱਕ ਆਪਣੀ ਟੀਮ ਹੈ ਟੀਮ ਵਰਕ ਹੈ ਘਰ ਦੀ ਟੀਮ ਹੈ ਤੇ ਉਸ ਦੇ ਨਾਲ ਕੰਮ ਜਿਹੜਾ ਹੈ ਇਸ ਤਰ੍ਹਾਂ ਚੱਲ ਰਿਹਾ ਤੇ ਆਪਾਂ ਜਦੋਂ ਗੱਲ ਕਰਦੇ ਹਾਂ ਭੰਗੜੇ ਦੀ ਗੱਲ ਕਰਦੇ ਹਾਂ ਤੇ ਬੋਲੀਆਂ ਦੀ ਗੱਲ ਕਰਦੇ ਹਾਂ ਤੇ ਗੀਤਾਂ ਦੀ ਗੱਲ ਕਰਦੇ ਹਾਂ ਜਿਸ ਦੇ ਨਾਲ ਤੁਹਾਡੀ ਆਵਾਜ਼ ਦਾ ਬੜਾ ਉਸ ਦੇ ਨਾਲ ਮੇਲ ਹੈ ਕਿਉਂਕਿ ਜਿੰਨਾ ਚਿਰ ਆਪਾਂ ਦਰਸ਼ਕਾਂ ਨੂੰ ਇੱਕ ਅੱਧਾ ਗੀਤ ਉਹ ਨਹੀਂ ਸੁਣਾਵਾਂਗੇ ਜਿਹੜਾ ਕਿ ਉਹ ਭੰਗੜਿਆਂ ਦੇ ਵਿੱਚ ਆਉਂਦਾ ਵਾ ਉਹਦਾ ਸਥਾਈ ਅੰਤਰ ਆ ਉਹ ਉਹਨਾਂ ਚਿਰ ਪਕੜ ਨਹੀਂ ਆਏਗੀ ਸੋ ਜ਼ਰੂਰ ਉੱਥੋਂ ਸ਼ੁਰੂਆਤ ਕਰ ਦਈਏ ਹੁਣ ਜੀ ਜੀ ਅਸਟ੍ਰੀਮ ਡੀਜੇ ਲੈਸਟਰ ਤੋਂ ਸਾਡੇ ਸਿੰਘ ਸਾਹਿਬ ਉਹਨਾਂ ਨੇ ਮੇਰਾ ਗਾਣਾ ਮੀਰਾ ਵਾਲੇ ਸਾਹਿਬ ਉਹਨਾਂ ਦਾ ਗਾਣਾ ਲਿਖਿਆ ਸੀ ਉਹ ਤੁਹਾਡੇ ਰੂਬਰੂ ਕਰੇ ਬੋਲੇ ਨਾ ਉਸ ਵਸ ਵਾ ਲੱਖ ਜਾਏ ਕੱਲੇ ਕੱਲੇ ਮਿੱਤਰੋ ਕੱਲੇ ਕੱਲੇ ਮਿੱਤਰੋ ਕੱਲੇ ਕੱਲੇ ਮਿੱਤਰੋ ਹੁਣ ਤਾਂ ਪੰਜਾਬੀਆਂ ਦੀ ਬੱਲੇ ਬੱਲੇ ਮਿੱਤਰੋ ਬੱਲੇ ਬੱਲੇ ਮਿੱਤਰੋ ਬੱਲੇ ਬੱਲੇ ਮਿੱਤਰੋ ਨਖਰਾ ਵੀ ਚਾਹੀਦਾ ਹੈ ਨਖਰਾ ਵੀ ਚਾਹੀਦਾ ਹੈ ਲੱਕ ਵਿੱਚ ਕੌਣ ਲਈ ਭੰਗੜਾ 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 ਤੇ ਬਣਿਆ ਪੰਜਾਬੀਆਂ ਦੇ ਪਾਉਣ ਲਈ ਭੰਗੜਾ ਤੇ ਬਣਿਆ ਪੰਜਾਬੀਆਂ ਦੇ ਪਾਉਣ ਲਈ ਜੀ ਜੀ ਇਹ ਗੀਤ ਕਾਫੀ ਥਾਵਾਂ ਤੇ ਅਸੀਂ ਸੁਣਿਆ ਆ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਗੀਤ ਸੰਗੀਤ ਦੀ ਤੇ ਮਿਊਜ਼ਿਕ ਦੀ ਤੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਤੁਹਾਡੇ ਪਹਿਲੇ ਗੀਤ ਆਏ ਪਾਪੂਲਰ ਹੋਏ ਵਰਲਡ ਵਾਈਡ ਪਾਪੂਲਰ ਹੋਏ
ਜਿਸ ਦੇ ਵਿੱਚ ਕਿ ਤੁਸੀਂ ਨਹੀਂ ਵੀ ਦਿਖੇ ਪਰ ਉਹ ਜਿੱਦਾਂ ਮਾਡਲਸ ਦੇ ਉੱਪਰ ਫਿਲਮਾਏ ਗਏ ਉਹ ਗਾਣੇ ਤੁਹਾਡੀ ਆਵਾਜ਼ ਦੇ ਵਿੱਚ, ਤਾਂ ਉਸ ਦੇ ਪਿੱਛੇ ਕੀ ਰਾਜ ਸੀਗਾ ਕਿ ਉਹ ਇੱਕ ਕੰਪਨੀ ਦੀ ਉਹ ਰਿਕੁਆਇਰਮੈਂਟ ਸੀਗੀ ਕਿ ਉਸ ਦੇ ਪਿੱਛੇ ਕੀ ਰਾਜ ਸੀਗਾ ਕਿ ਤੁਸੀਂ ਜਿੱਦਾਂ 200 ਗੀਤ ਨੇ ਤੁਹਾਡੇ ਤਾਂ ਦਰਸ਼ਕਾਂ ਨੇ ਤੁਹਾਨੂੰ ਬਹੁਤ ਘੱਟ ਵੇਖਿਆ ਔਨ ਸਕਰੀਨ? ਸਭ ਜਿਸ ਤਰ੍ਹਾਂ ਜ਼ਿਆਦਾ ਪਹਿਚਾਣ ਜਿਹੜੀ ਆ ਉਹ ਸਿੰਗਲ ਦੀ ਵੀਡੀਓ ਨਾਲ ਬਣਦੀ ਹੈ, ਵੀਡੀਓ 'ਚ ਘੱਟ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਸਿੰਗਰ ਕੌਣ ਹੈ। ਮੈਂ ਆਸਟ੍ਰੇਲੀਆ ਸ਼ੋ ਕਰਨ ਵਾਸਤੇ ਗਿਆ, ਮੈਲਬੋਰਨ ਸ਼ੋ ਕਰਨ ਵਾਸਤੇ ਗਏ ਤੇ ਉੱਥੇ ਮੈਂ ਗੀਤ ਸੁਣਾਇਆ ਸੋਨੇ ਰੰਗੀ ਇਹਦੀ, ਸੋਨਾ ਪਾਉਣ ਦੀ ਕੀ ਲੋੜ ਸੀ। ਉੱਥੋਂ ਦੇ ਲੋਕ ਇੰਨੇ ਹੈਰਾਨ ਹੋਏ ਕਿ ਸੌਂਗ ਤੁਹਾਡਾ ਗਾਇਆ, ਮੈਂ ਕਿਹਾ ਜੀ। ਉਹਨਾਂ ਨੇ ਇੱਕ ਵਾਰੀ ਸੁਣਿਆ, ਦੁਬਾਰਾ ਫਿਰ ਸੁਣਿਆ, ਤੀਜੀ ਵਾਰੀ ਉਹਨਾਂ ਰਿਕਾਰਡਿੰਗ ਲਾ ਕੇ ਮੋਬਾਈਲ ਤੇ, ਕਹਿੰਦੇ ਹੁਣ ਨਾਲ ਗਾਓ ਮੈਸੇਜ ਕਰਕੇ। ਫਿਰ ਮੈਂ ਨਾਲ ਗਾਇਆ ਤੇ ਉਹਨਾਂ ਨੂੰ ਯਕੀਨ ਹੋਇਆ ਕਿ ਤੁਹਾਡਾ ਹੀ ਗਾਇਆ। ਇੱਕ ਵੀਡੀਓ ਹੋਣਾ ਬਹੁਤ ਜ਼ਰੂਰੀ, ਵੀਡੀਓ ਸਿੰਗਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਗਾਣਾ ਮੇਰਾ ਮਨੀ ਸੰਧੂ ਜੀ ਯੂਕੇ ਤੋਂ ਉਹਨਾਂ ਕੀਤਾ ਸੀ, ਜਿਸ ਤੋਂ ਬੜਾ ਪਿਆਰ ਮਿਲਿਆ, ਲੋਕਾਂ ਨੇ ਬਹੁਤ ਪਿਆਰ ਕੀਤਾ, ਬਹੁਤ ਸਾਰੇ ਲੋਕਾਂ ਨੇ ਜੀ। ਆਪਾਂ ਹੁਣ ਨੈਕਸਟ ਸੈਗਮੈਂਟ ਦੇ ਵਿੱਚ ਇਹ ਗੀਤ ਸੁਣਾਵਾਂਗੇ ਤੇ ਵਾਕਈ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਵਾਕਈ ਹੈਰਾਨ ਹੋਣਗੇ ਕਿ ਉਹ ਗੀਤ ਤੁਹਾਡਾ ਗਾਇਆ ਹੋਇਆ ਆ ਤੇ ਜਿਸ ਦੀ ਵੀਡੀਓ ਬੜੀ ਕਿੰਨੇ ਮਿਲੀਅਨ ਉਹਦੇ ਵਿਊਜ਼ ਨੇ ਉਸ ਦੇ ਉੱਪਰ, ਜੇ ਤੁਸੀਂ ਯੂਟਿਊਬ ਦੇ ਉੱਪਰ ਜਾਓ ਮਿਲੀਅਨਸ ਦੇ ਹਿਸਾਬ ਨਾਲ ਉਹਦੇ ਵਿਊਜ਼ ਨੇ ਉਸ ਗੀਤ ਦੇ। ਸੋਨੇ ਰੰਗੀ ਦੀ ਗੱਲ ਕਰ ਲਓ, ਜਿਉਣਾ ਮੌੜ ਦੀ ਗੱਲ ਕਰ ਲਓ, ਹੋਰ ਵੀ ਬਹੁਤ ਸਾਰੇ ਗੀਤ ਨੇ, ਜਿੱਦਾਂ 200 ਗੀਤ ਨੇ ਜੇ ਆਪਾਂ ਗੀਤਾਂ ਦਾ ਨਾਂ ਹੀ ਲੈਣ ਲੱਗ ਜਾਈਏ ਤੇ, ਜਿੱਦਾਂ ਆਪਣਾ ਇੱਕ ਘੰਟੇ ਦਾ ਪ੍ਰੋਗਰਾਮ ਹੈਗਾ ਵਾ ਤੇ ਆਪਾਂ ਗੀਤਾਂ ਦੇ ਨਾਂ ਦੇ ਵਿੱਚ ਹੀ ਉਹ ਪ੍ਰੋਗਰਾਮ ਪੂਰਾ ਜਿਹੜਾ ਆਪਾਂ ਖਤਮ ਕਰ ਸਕਦੇ ਹਾਂ। ਸੋ ਦਰਸ਼ਕੋ, ਜਿਸ ਤਰ੍ਹਾਂ ਸਾਡੀ ਪਰੰਪਰਾ ਹੈਗੀ ਆ ਸ਼ੋਅ ਦੀ ਕਿ ਸਾਨੂੰ ਬ੍ਰੇਕ ਲੈਣੀ ਪੈਂਦੀ ਆ, ਕਿਉਂਕਿ ਜਿਹੜਾ ਤੁਸੀਂ ਸਾਡੀ ਇਸ ਪ੍ਰੋਗਰਾਮ ਨੂੰ ਚਲਾਉਣ ਵਾਸਤੇ ਜਿਹੜੀ ਤੁਹਾਨੂੰ ਅਸੀਂ ਹੋਰ ਵੀ ਚੀਜ਼ਾਂ ਨਾਲ ਜਾਣੂ ਕਰਾਉਣਾ ਹੁੰਦਾ ਵਾ, ਉਸ ਦੇ ਲਈ ਸਾਨੂੰ ਬ੍ਰੇਕ ਲੈਣੀ ਪੈਂਦੀ ਆ। ਦਰਸ਼ਕੋ, ਸਾਡੇ ਨਾਲ ਬਿੱਲਾ ਭਾਅ ਜੀ ਇਸੇ ਤਰ੍ਹਾਂ ਜੁੜੇ ਰਹਿਣਗੇ, ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਲੈਂਦੇ ਆ ਛੋਟੀ ਜਿਹੀ ਮੇਰੇ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਜੁੜੇ ਹਾਂ, ਅਤੇ ਜੇ ਤੁਸੀਂ ਵੀ ਸਾਡੇ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਡੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਤੁਹਾਡਾ ਕੋਈ ਵੀ ਬਿਜ਼ਨਸ ਹੈ, ਕੋਈ ਵੀ ਈਵੈਂਟ ਹੈ, ਕਿਸੇ ਵੀ ਤਰੀਕੇ ਦੀ ਕੋਈ ਵੀ ਐਕਟੀਵਿਟੀ ਹੈ, ਕੁਝ ਵੀ ਤੁਸੀਂ ਪੂਰੀ ਦੁਨੀਆ ਤੱਕ ਜੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਸ ਪਰਿਵਾਰ ਨਾਲ ਜੁੜ ਕੇ ਆਪਣੇ ਬਿਜ਼ਨਸ ਨੂੰ ਪੂਰੀ ਦੁਨੀਆ ਤੱਕ ਪ੍ਰਮੋਟ ਕਰ ਸਕਦੇ ਹੋ। ਤੁਹਾਡਾ ਕੋਈ ਵੀ ਈਵੈਂਟ ਹੈ, ਤੁਹਾਡੇ ਅੰਦਰ ਕੋਈ ਵੀ ਟੈਲੈਂਟ ਹੈਗਾ ਕਿਸੇ ਵੀ ਚੀਜ਼ ਨੂੰ, ਕਿਉਂਕਿ ਸਾਡੇ ਇਹ ਪ੍ਰੋਗਰਾਮ ਦੁਨੀਆ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ, ਵੱਖਰੇ ਵੱਖਰੇ ਸਮੇਂ ਦੇ ਉੱਪਰ ਦਿਖਾਏ ਜਾਂਦੇ ਨੇ, ਅਤੇ ਤੁਸੀਂ ਵੀ ਆਪਣੇ ਆਪ ਨੂੰ ਪੂਰੀ ਦੁਨੀਆ ਤੱਕ ਜੇ ਪੰਜਾਬੀ ਆਡੀਅੰਸ ਤੱਕ ਪਹੁੰਚਾਉਣਾ ਚਾਹੁੰਦੇ ਹੋ ਜਾਂ ਸਾਡੇ ਵੱਖਰੇ ਵੱਖਰੇ ਚੈਨਲਸ ਨੇ ਉਸ ਦੇ ਥਰੂ ਵੀ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਸਾਡੇ ਥੱਲੇ ਲਿਖੇ ਪਤੇ ਦੇ ਉੱਪਰ, ਅਤੇ ਸਾਡੇ ਨਾਲ ਗੱਲਬਾਤ ਕਰਨਾ ਜੇ ਚਾਹੁੰਦੇ ਹੋ, ਆਪਣੇ ਦਿਲ ਦੀ ਗੱਲ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ ਚੱਲ ਰਿਹਾ ਲਾਈਵ ਪ੍ਰੋਗਰਾਮ ਦੇ ਵਿੱਚ। ਜੇ ਤੁਹਾਡੀ ਕੋਈ ਵੀ ਫਰਮਾਇਸ਼ ਹੈਗੀ ਆ ਜਾਂ ਤੁਸੀਂ ਸਾਡੇ ਮਹਿਮਾਨ ਨਾਲ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਬਿੱਲਾ ਬਖਸ਼ੀ ਭਾਅ ਜੀ, ਤੁਹਾਡਾ ਸਵਾਗਤ ਹੈ ਬਹੁਤ ਬਹੁਤ ਬ੍ਰੇਕ ਤੋਂ ਬਾਅਦ। ਥੈਂਕ ਯੂ ਜੀ। ਸੋ ਬਖਸ਼ੀ ਬਿੱਲਾ ਜੀ, ਆਪਾਂ ਗੱਲਬਾਤ ਕਰ ਰਹੇ ਸੀਗੇ ਬ੍ਰੇਕ ਤੋਂ ਪਹਿਲਾਂ ਕਿ ਆਸਟ੍ਰੇਲੀਆ ਦੀ ਗੱਲ ਕੀਤੀ ਕਿ ਉੱਥੇ ਤੁਸੀਂ ਪਰਫੋਰਮ ਕਰਨ ਗਏ ਤਾਂ ਲੋਕ ਆਡੀਅੰਸ ਬੜੇ ਸਰਪ੍ਰਾਈਜ਼ ਹੋਏ ਕਿ ਇਹ ਵੀ ਉਹਨਾਂ, ਕਿਉਂਕਿ ਉਹੀ ਮੈਂ ਗੱਲ ਦਰਸ਼ਕਾਂ ਨੂੰ ਸਟਾਰਟਿੰਗ ਤੋਂ ਹੀ ਦੱਸਦਾ ਆ ਰਿਹਾ ਵਾਂ ਕਿ ਤੁਸੀਂ ਇਹਨਾਂ ਦੇ ਗੀਤ 200 ਤੋਂ ਉੱਪਰ ਗੀਤ ਨੇ ਪਰ ਤੁਸੀਂ ਇਹਨਾਂ ਨੂੰ ਵੀਡੀਓਜ਼ ਦੇ ਵਿੱਚ ਬਹੁਤ ਘੱਟ ਦੇਖਿਆ, ਅਤੇ ਆਪਾਂ ਗੱਲ ਦਰਸ਼ਕਾਂ ਨੂੰ ਇਹ ਦੱਸਾਂਗੇ ਕਿ ਤੁਸੀਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਪਰਫੋਰਮ ਕਰ ਚੁੱਕੇ ਹੁਣ ਤੱਕ? ਮਨੋਰੰਜਨ ਵਾਸਤੇ ਬਹੁਤ ਸਾਰੇ ਲੋਕ ਪਿਆਰ ਕਰਦੇ ਨੇ, ਸਭ ਤੋਂ ਜ਼ਿਆਦਾ ਯੂਕੇ ਵਿੱਚ ਜੀ, ਸਭ ਤੋਂ ਜ਼ਿਆਦਾ ਯੂਕੇ ਦੇ ਜੀ। ਤੁਹਾਨੂੰ ਤੁਹਾਡੇ ਗੀਤ ਜਿੱਦਾਂ ਆਪਾਂ ਜਿੱਦਾਂ ਡੀਜੇ ਰੀਮਿਕਸ ਜਾਂ ਹੋਰ ਕਈ ਉਸ ਦੇ ਵਿੱਚ ਵੀ ਆਪਾਂ ਜੇ ਗੱਲ ਕਰੀਏ ਤਾਂ ਬਾਲੀ ਸੱਗੂ ਹੋਣਾ ਦੀ ਗੱਲ ਕਰੀਏ ਜਾਂ ਹੋਰ ਵੀ ਕਾਫੀ ਜਿਹੜੇ ਰੀਮਿਕਸ ਡੀਜੇ ਨੇ ਉਹਨਾਂ ਦੇ ਵਿੱਚ, ਉਹਨਾਂ ਦੇ ਨਾਲ ਤੁਸੀਂ ਕਾਫੀ ਕੰਮ ਕੀਤਾ ਹੈ,
ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿੰਨਾ ਕਿੰਨਾ ਦੇ ਨਾਲ ਤੁਸੀਂ ਕਿਹੜੇ ਕੰਮ ਹੁਣ ਤੱਕ ਕਰ ਚੁੱਕੇ ਹੋ? ਹੁਣ ਤੱਕ ਵੀਆਈਪੀ ਕੋਰਸ ਸਟ੍ਰੀਮ ਡੀਜੇ ਸਾਡੇ ਇੰਡੀਵਿਜੁਅਲ ਜੀ ਯੂਕੇ ਤੋਂ ਸੌਂਗ ਆਪਣਾ ਵਾਢੇ ਆ ਰਿਹਾ, ਉਹਦੀ ਵੀਡੀਓ ਅਸੀਂ ਕਰ ਰਹੇ ਹਾਂ ਨੈਕਸਟ ਵੀਕ ਚ, ਮਾਰਚ ਵਿੱਚ ਉਹ ਸੌਂਗ ਤੁਹਾਨੂੰ ਸਭ ਨੂੰ ਸੁਣਨ ਨੂੰ ਮਿਲੇਗਾ। ਰਿਕਾਰਡ ਲੈਵਲ ਥ੍ਰੀ ਕਿਊ ਰਿਕਾਰਡਿੰਗ ਬਾਏ ਇੰਡੀਗਲ ਰਿਲੀਜ਼ ਕਰ ਰਹੇ ਨੇ ਸੌਂਗ ਨੂੰ। ਇੱਕ ਮੇਰਾ ਹੋਰ ਸੌਂਗ ਕਬੱਡੀ ਕਨੇਡਾ ਜੋ ਕਿ ਲਿਖਿਆ ਰਵਿੰਦਰ ਢਿੱਲੋਂ ਤੋਂ, ਸੌਂਗ ਕਬੱਡੀ ਮਿਊਜ਼ਿਕ ਯੂ ਡੌਨ ਇੰਦਰ ਨਾਗਰਾ ਰਿੱਕੀ ਜੌਨ, ਇਹ ਮੇਰਾ ਰਿਲੀਜ਼ ਕਬੱਡੀਆਂ 'ਤੇ ਇੱਕ ਬਹੁਤ ਸੋਹਣਾ ਮੈਸੇਜ ਆ ਨਸ਼ਿਆਂ ਤੋਂ ਹੱਟ ਕੇ, ਬਹੁਤ ਸੋਹਣਾ ਗੀਤ ਆ, ਉਹਦੀ ਵੀਡੀਓ ਕਰ ਰਹੇ ਹਾਂ ਨੈਕਸਟ ਵੀਕ, ਉਹ ਵੀ ਤੁਹਾਡੇ ਰੂਬਰੂ ਮਾਰਚ ਵਿੱਚ ਆ ਜਾਏਗਾ ਮਾਰਕੀਟ 'ਚ। ਹੋਰ ਬਹੁਤ ਸਾਰੇ ਗੀਤ, ਬਹੁਤ ਸਾਰੇ ਗਾਣੇ ਵਿਆਹਾਂ ਦੇ ਖੁਸ਼ੀਆਂ ਦੇ ਮੌਕੇ ਦੇ ਗੀਤ, ਡੀਜੇ ਸਟਾਈਲ, ਹੋਰ ਬਹੁਤ ਸਾਰੇ ਗਾਣੇ ਜਲਦੀ ਤੁਹਾਡੇ ਰੂਬਰੂ ਕਰ ਰਹੇ ਹਾਂ। ਬਹੁਤ ਘੱਟੋ ਘੱਟ 300-400 ਸੌਂਗ ਆਪਣਾ ਰਿਲੀਜ਼ ਹੋ ਰਿਹਾ ਨਵਾਂ, ਜਲਦੀ ਤੁਹਾਡੇ ਰੂਬਰੂ ਕਰਾਂਗੇ ਜੀ ਸਰ। ਸੋ ਆਪਾਂ ਗੀਤ ਜਿਹੜਾ ਸੀਗਾ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ, ਜਿਹੜੇ ਗੀਤ ਦੀ ਸੋਨਾ ਰੰਗੀ ਹੈ, ਸੋਨਾ ਪਾਉਣ ਦੀ ਕੀ ਲੋੜ ਹੈ, ਉਸ ਦੀਆਂ ਕੁਝ ਲਾਈਨਾਂ ਜ਼ਰੂਰ ਦਰਸ਼ਕਾਂ ਦੇ ਰੂਬਰੂ ਕਰੀਏ। ਜੀ ਜੀ ਇਸ ਦਾ ਮਿਊਜ਼ਿਕ ਮਨੀ ਸੰਧੂ ਜੀ ਨੇ ਕੀਤਾ ਸੀ, ਔਰ ਸੌਂਗ ਮੈਂ ਗਾਇਆ ਸੀ, ਜਿਹਦੇ ਗੀਤ ਦਾ ਸਨ ਜੋ ਸਾਹਿਬ ਤੇ ਆਪਣੇ ਰਤੂ ਦਾ ਵਾਲੇ ਉਹਨਾਂ ਨੇ ਬਾਜਵਾ ਸਾਹਿਬ ਦਾ ਜਿਹੜਾ ਗਾਣਾ ਸੀ। ਉਹ ਸੋਨੇ ਰੰਗੀ ਹੈ ਨੀ ਸੋਨਾ ਪਾਉਣ ਦੀ ਕੀ ਲੋੜ ਸੀ, ਸੋਨੇ ਰੰਗੀ ਹੈ ਨੀ ਸੋਨਾ ਪਾਉਣ ਦੀ ਕੀ ਲੋੜ ਸੀ, ਤੂੰ ਪਹਿਲਾਂ ਮੌਤ ਸੋਹਣੀ, ਤੂੰ ਪਹਿਲਾਂ ਹੀ ਮੌਤ ਸੋਹਣੀ, ਤੇ ਸਜਾਉਣ ਦੀ ਕੀ ਲੋੜ ਸੀ, ਸੋਨੇ ਰੰਗੀ ਹੈ ਨੀ ਸੋਨਾ ਪਾਉਣ ਦੀ ਕੀ ਲੋੜ ਸੀ, ਹਾਏ ਸੋਨੇ ਰੰਗੀ ਹੈ ਨੀ ਸੋਨਾ ਪਾਉਣ ਦੀ ਕੀ ਲੋੜ ਸੀ ਸੋਹਣਿਆ। ਜੀ ਇੱਕ ਅੰਤਰਾ ਹੋਰ ਸੁਣਾ ਦਈਏ। ਠੀਕ ਹੈ ਜੀ। ਮੰਗਦੇ ਉਧਾਰਾ ਰੂਪ ਤੇਰੇ ਤੋਂ ਗੁਲਾਬ ਦੀ, ਡੁੱਲ ਡੁੱਲ ਪੈਂਦਾ ਤੇਰਾ ਉਸ ਨਿਸ਼ਵਾਬ ਨੀ, ਡੁੱਲ ਡੁੱਲ ਪੈਂਦਾ ਤੇਰਾ ਉਸ ਨਿਸ਼ਵਾਬ ਨੀ, ਕੋਰੀ ਤੌਲੀ ਉੱਤੇ ਕੋਰੀ ਤੌਲੀ ਉੱਤੇ ਸੋਨੇ ਰੰਗੀ ਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ, ਹਾਏ ਸੋਨੇ ਰੰਗੀ ਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ ਜੀ। ਜੀ ਬਹੁਤ ਖੂਬ ਗੀਤ ਕਾਫੀ ਵਾਰ ਸੁਣਿਆ ਆ, ਆਮ ਤੌਰ ਤੇ ਜਦੋਂ ਵੀ ਆਪਾਂ ਕੋਈ ਵੀ ਜੂਕ ਬਾਕਸ ਕੁਛ ਵੀ ਔਨ ਕਰਦੇ ਹਾਂ ਉਸ ਦੇ ਵਿੱਚ ਇਹ ਗੀਤ ਜ਼ਰੂਰ ਆਉਂਦਾ ਆ, ਤੇ ਇਸ ਦੀ ਵੀਡੀਓ ਵੀ ਕਾਫੀ ਵਧੀਆ ਬਣੀ ਸੀਗੀ ਤੇ ਚੱਲਦੀ ਆ ਅਜੇ ਤੱਕ, ਮਤਲਬ ਕਿ ਕਾਫੀ ਪਾਪੂਲਰ ਹੋਇਆ ਗੀਤ, ਪਰ ਉਸ ਦੇ ਵਿੱਚ ਤੁਸੀਂ ਨਹੀਂ ਦਿਖੇ, ਇਸ ਲਈ ਦਰਸ਼ਕਾਂ ਨੂੰ ਜ਼ਰੂਰ ਆਪਾਂ ਇਹ ਜਾਣੂ ਕਰਾਉਣਾ ਚਾਹੁੰਦੇ ਸੀਗੇ, ਕਿਉਂਕਿ ਪ੍ਰੋਗਰਾਮ ਦਿਲ ਦੀਆਂ ਗੱਲਾਂ ਦਾ ਮਕਸਦ ਇਹ ਹੀ ਹੈ ਕਿ ਦਿਲ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਏ ਤੇ ਤੁਹਾਡੇ ਦਿਲ ਦੀਆਂ ਗੱਲਾਂ ਸਾਡੇ ਤੱਕ ਆਉਣ। ਤੇ ਜੀ ਸਰ, ਤੇ ਬਿੱਲਾ ਭਾਅ ਜੀ ਆਪਾਂ ਗੱਲ ਕਰਦੇ ਹਾਂ, ਜਦੋਂ ਗੀਤਾਂ ਦੀ ਗੱਲ ਕਰਦੇ ਹਾਂ ਤੇ ਜਿੱਥੇ ਇੰਨੇ ਗੀਤ ਤੁਸੀਂ ਗਾਏ ਨੇ ਵੱਖਰੇ ਵੱਖਰੇ ਵਿੱਚ, ਤੁਹਾਡੇ ਨਾਲ ਰਾਈਟਰ ਵੀ ਜੁੜੇ ਹੋਣਗੇ, ਮਿਊਜ਼ਿਕ ਡਾਇਰੈਕਟਰ ਵੀ ਜੁੜੇ ਹੋਣਗੇ, ਤੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਤੁਸੀਂ ਪਰਫੋਰਮ ਕੀਤਾ, ਤੇ ਮਿਊਜ਼ਿਕ ਹੁਣ ਤੱਕ ਤੁਹਾਡੇ ਗੀਤਾਂ ਦੇ ਵਿੱਚ ਕਿਹੜੇ ਕਿਹੜੇ ਮਿਊਜ਼ਿਕ ਡਾਇਰੈਕਟਰ ਦੇ ਨਾਲ ਤੁਸੀਂ ਕੰਮ ਕਰ ਚੁੱਕੇ ਹੋ? ਗੀਤ ਕਿੰਨੇ ਰਿਕਾਰਡ ਹੋਏ ਆ ਮੈਨੂੰ ਖੁਦ ਵੀ ਯਾਦ ਨਹੀਂ ਜੀ ਜੀ, ਹੁਣ 400 ਦੇ ਲਗਭਗ ਆਪਣੇ ਸੌਂਗ ਕੰਟੀਨਿਊਸ ਆ ਰਹੇ ਨੇ, ਤੇ ਮੈਨੂੰ ਤੇ ਉਦੋਂ ਪਤਾ ਲੱਗਦਾ ਜਦੋਂ ਯੂਟਿਊਬ ਤੇ ਥੱਲੇ ਲਿਖ ਕੇ ਆਉਂਦਾ ਬਖਸ਼ੀ ਬਿੱਲਾ, ਫਿਰ ਮੈਨੂੰ ਪਤਾ ਲੱਗਦਾ ਕਿ ਮੇਰਾ ਗਾਣਾ ਗਾਇਆ। ਅੱਜ ਹੁਣੇ ਮੈਨੂੰ ਅਮੈਰੀਕਾ ਤੋਂ ਇੱਕ ਸੌਂਗ ਆਇਆ, ਮੈਨੂੰ ਯਾਦ ਹੀ ਨਹੀਂ ਸੀ, ਮੈਨੂੰ ਪਤਾ ਨਹੀਂ ਸੀ, ਮੁੰਡਿਆਂ ਨੇ ਭੇਜਿਆ ਕਹਿੰਦੇ ਭਾਈ ਰੌਕ ਸੌਂਗ ਤੁਹਾਡਾ ਰੈਡੀ ਆ, ਅਗਲੇ ਮਹੀਨੇ ਅਸੀਂ ਥੋੜ੍ਹਾ ਮਾਹੌਲ ਸਾਰਾ ਠੀਕ ਹੋ ਜਾਏ ਤੇ ਅਸੀਂ ਸ਼ੂਟ ਵਾਸਤੇ ਗਾ ਦਿਓ ਜੀ। ਯਾਨੀ ਬਹੁਤ ਸਾਰੇ ਗੀਤ, ਬਹੁਤ ਸਾਰੇ ਡਿਊਟ, ਪੰਜਾਬੀ ਸੌਂਗ, ਡੀਜੇ ਸਟਾਈਲ, ਸੈਡ ਸੌਂਗ, ਰੋਮਾਂਟਿਕ, ਹਰ ਤਰ੍ਹਾਂ ਦਾ ਮੈਟਰ ਯੂਟਿਊਬ ਤੇ ਕਾਫੀ ਸਾਰੇ ਸੌਂਗ ਮਿਲਣਗੇ,
ਨਵੇਂ ਗੀਤ ਵੀ ਬਹੁਤ ਸਰਵਿਸ ਕਰ ਰਹੇ ਹੁਣ ਮੈਂ ਨੈਕਸਟ ਜਿਹੜਾ ਮੇਰਾ ਕੈਨੇਡਾ ਤੋਂ ਗੀਤ ਆ ਰਿਹਾ ਨਾਗਾ ਜੀ ਜਿਹੜਾ ਕਰ ਰਹੇ ਨੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਦੋ ਗੀਤ ਤੁਹਾਨੂੰ ਬਹੁਤ ਸੁਣਾਵਾਂ ਕਿਉਂਕਿ ਮੈਸੇਜ ਬਹੁਤ ਚੱਲ ਰਿਹਾ ਨਵੀਂ ਪੀੜ੍ਹੀ ਲਈ ਜੀ ਉਹ ਜਦ ਕੋਈ ਜਵਾਨੀ ਵਿੱਚ ਪੈਰ ਮੁੰਡਾ ਧਰਦਾ ਗੱਭਰੂ ਸ਼ਕੀਨਾ ਮਾਨ ਸਾਰਾ ਪਿੰਡ ਕਰਦਾ ਛੱਡ ਦੇ ਤੂੰ ਸਾਥ ਇਸ ਮਾੜੀ ਵੇ ਸੰਗਤੇ ਵਾਲਾ ਛੱਡ ਦੇ ਤੂੰ ਸਾਥ ਇਸ ਮਾੜੀ ਵੇ ਸੰਗਤੇ ਵਾਲਾ ਮੋੜ ਜਿਹੜਾ ਪਿੰਡ ਦੀ ਲੁਹਾਰ ਨਸ਼ੇ ਪੱਤੇ ਸਾਰੇ ਛੱਡ ਕੇ ਆ ਜਾ ਖੇਡ ਦੇ ਮੈਦਾਨ ਗੇੜਾ ਮਾਰ ਨਸ਼ੇ ਪੱਤੇ ਸਾਰੇ ਛੱਡ ਕੇ ਜਿਹੜੇ ਆਪਾਂ ਗੀਤ ਤੇ ਸੁਣਦੇ ਹਾਂ ਅੱਜ ਕੱਲ ਬਹੁਤ ਸਾਰੇ ਆਉਂਦੇ ਨੇ ਬੜੇ ਤਰੀਕੇ ਦੇ ਗੀਤ ਆਉਂਦੇ ਨੇ ਪਰ ਮੈਸੇਜ ਵਾਲੇ ਗੀਤ ਜਿਹੜੇ ਨੇ ਬਹੁਤ ਜ਼ਰੂਰੀ ਹੋ ਗਏ ਨੇ ਤੇ ਉਹ ਬਹੁਤ ਘੱਟ ਆ ਰਹੇ ਨੇ ਅੱਜ ਕੱਲ ਸੋ ਇਹ ਇੱਕ ਜਦੋਂ ਇਸ ਤਰ੍ਹਾਂ ਦਾ ਕੋਈ ਮੈਸੇਜ ਵਾਲਾ ਗੀਤ ਆਉਂਦਾ ਸਾਡੀ ਸਮਾਜ ਦੇ ਵਿੱਚ ਤੇ ਉਸ ਦੇ ਨਾਲ ਇੱਕ ਇੱਕ ਲਾਈਕ ਮਾਣ ਮਹਿਸੂਸ ਹੁੰਦਾ ਆ ਇੱਕ ਕਿ ਸਾਡੀ ਕਮਿਊਨਿਟੀ ਦੇ ਵਿੱਚ ਕਿ ਇੱਕ ਮੈਸੇਜ ਦੇਣਾ ਉਸ ਤਰ੍ਹਾਂ ਤੇ ਗੋਲੀਆਂ ਬੰਦੂਕਾਂ ਸਾਰੇ ਚਲਾਈ ਜਾਂਦੇ ਆ ਪਰ ਜਿੱਥੇ ਕਿਤੇ ਮੈਸੇਜ ਦੀ ਗੱਲ ਆਉਂਦੀ ਆ ਉਸ ਦੇ ਉੱਪਰ ਵੀ ਜਿਹੜਾ ਸਾਡਾ ਪੰਜਾਬੀ ਮਿਊਜ਼ਿਕ ਆ ਉਸ ਦੇ ਵਿੱਚ ਜ਼ਰੂਰ ਹਰ ਇੱਕ ਸਿੰਗਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜ਼ਰੂਰ ਸਮੇਂ ਸਮੇਂ ਦੇ ਉੱਪਰ ਜਿਹੜੇ ਮੈਸੇਜ ਦੀ ਲੋੜ ਹੈਗੀ ਆ ਉਸ ਮੈਸੇਜ ਦੇ ਗੀਤ ਜ਼ਰੂਰ ਸਾਡੀ ਸਮਾਜ ਨੂੰ ਦਿਆ ਕਰੋ ਜਿਸ ਤਰ੍ਹਾਂ ਕਿ ਹੁਣ ਆਪਣਾ ਚੱਲ ਰਿਹਾ ਸੀਗਾ ਕਿਸਾਨ ਅੰਦੋਲਨ ਚੱਲ ਰਿਹਾ ਵਾ ਉਸ ਦੇ ਵਿੱਚ ਕਾਫੀ ਸਾਰੇ ਜਿਹੜੇ ਗਾਇਕ ਨੇ ਉਹਨਾਂ ਨੇ ਉੱਥੇ ਸਪੋਰਟ ਜਿੱਥੇ ਕੀਤੀ ਆ ਉੱਥੇ ਹੀ ਉਸ ਦੇ ਵਿੱਚ ਬਹੁਤ ਸਾਰੇ ਮੈਸੇਜ ਵਾਲੇ ਗੀਤ ਵੀ ਉਸ ਦੇ ਵਿੱਚ ਆਏ ਨੇ ਜਿਸ ਦੇ ਨਾਲ ਕਿ ਜਿਹੜੀ ਸਾਡੇ ਪੰਜਾਬ ਦੀ ਜਿਹੜੀ ਪਹਿਚਾਣ ਜਿਹੜੀ ਉਹ ਗੋਲੀਆਂ ਬੰਦੂਕਾਂ ਤੱਕ ਰਹਿ ਗਈ ਸੀਗੀ ਉਹਨੂੰ ਕਿ ਸਾਡੀ ਅਸਲੀਅਤ ਕੀ ਆ ਸਾਡਾ ਅਸੀਂ ਸਾਡਾ ਕਿੱਤਾ ਕੀ ਆ ਸਾਡਾ ਰੁਜ਼ਗਾਰ ਕੀ ਆ ਅਤੇ ਅਸੀਂ ਆਪਣੇ ਦੇਸ਼ ਵਾਸਤੇ ਕੀ ਕੀਤਾ ਵਾ ਅਤੇ ਹੋਰ ਅੱਗੇ ਕੀ ਕਰ ਰਹੇ ਹਾਂ ਉਹ ਉਹਨਾਂ ਗੀਤਾਂ ਰਾਹੀਂ ਸਾਡੇ ਜਿਹੜੇ ਸਿੰਗਰ ਜਾਂ ਹੋਰ ਐਕਟਰ ਭੈਣ ਭਰਾਵਾਂ ਨੇ ਜਿੱਥੇ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਿਆ ਉਹਨਾਂ ਦਾ ਸਾਥ ਦਿੱਤਾ ਬਾਰਡਰਾਂ ਦੇ ਉੱਪਰ ਉੱਥੇ ਹੀ ਉਹਨਾਂ ਨੇ ਕਾਫੀ ਸਾਰੇ ਮੈਸੇਜ ਵਾਲੇ ਗੀਤ ਜਿਸ ਦੇ ਨਾਲ ਉਹਨਾਂ ਨੇ ਸਾਡੇ ਕਿਸਾਨ ਭੈਣ ਭਰਾਵਾਂ ਦੀ ਆਪਣੇ ਇੱਕ ਜਾਣ ਪਛਾਣ ਜਿਹੜੀ ਹੈ ਇੱਕ ਇੰਟਰੋਡਕਸ਼ਨ ਜਾਂ ਬੜੇ ਵਧੀਆ ਤਰੀਕੇ ਦੇ ਨਾਲ ਗੀਤਾਂ ਦੇ ਵਿੱਚ ਕਰਾਈ ਹੈ ਆਡੀਅੰਸ ਨੂੰ ਸੋ ਬਖਸ਼ੀ ਜੀ ਆਪਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਆਪਾਂ ਕਹਿ ਰਹੇ ਸੀ ਮਿਊਜ਼ਿਕ ਕਿੰਨਾ ਕਿੰਨਾ ਦਾ ਦੇ ਨਾਲ ਤੁਸੀਂ ਲਿਆ ਤਾਂ ਉੱਥੇ ਹੀ ਆਪਾਂ ਗੱਲ ਕਰਦੇ ਹਾਂ ਜਦੋਂ ਕਿ ਇੱਕ ਟੀਮ ਹੁੰਦੀ ਹੈ ਕੋਈ ਵੀ ਸਿੰਗਰ ਹੈਗਾ ਵਾ ਉਸ ਦੇ ਵਿੱਚ ਰਾਈਟਰ ਹੁੰਦੇ ਨੇ ਫਿਰ ਕੰਪੋਜ਼ਰ ਫਿਰ ਮਿਊਜ਼ਿਕ ਡਾਇਰੈਕਟਰ ਫਿਰ ਵੀਡੀਓਗ੍ਰਾਫੀ ਕਾਫੀ ਕੁਛ ਚੀਜ਼ਾਂ ਨੂੰ ਰਲ ਮਿਲ ਕੇ ਇੱਕ ਗੀਤ ਬਣਦਾ ਆ ਕਾਫੀ ਵੱਡੀ ਟੀਮ ਉਹਦੇ ਵਿੱਚ ਜੁੜੀ ਹੁੰਦੀ ਆ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਤਾਂ ਇੱਕ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਕਿ ਪਰੰਪਰਾ ਸਾਡੀ ਹੈਗੀ ਆ ਇੱਕ ਬ੍ਰੇਕ ਲੈਣ ਦੀ ਅਤੇ ਛੋਟੀ ਜਿਹੀ ਇੱਕ ਬ੍ਰੇਕ ਲੈਂਦੇ ਹਾਂ ਦਰਸ਼ਕੋ ਜਾਇਓ ਕਿਤੇ ਨਾ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਫਿਲਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਅਤੇ ਜੇ ਤੁਸੀਂ ਵੀ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਸਾਡੇ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਅਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@jasbroadcasting.com ਦੇ ਉੱਪਰ ਜਾਂ ਫਿਰ info@jasbroadcasting.com ਦੇ ਉੱਪਰ ਅਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਆਪਣੇ ਦਿਲ ਦੀ ਗੱਲ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਅਤੇ ਜ਼ਰੂਰ ਸਾਨੂੰ ਕਾਲ ਕਰੋ ਥੱਲੇ ਲਿਖੇ ਨੰਬਰ ਦੇ ਉੱਪਰ ਅਤੇ ਅੱਜ ਸਾਡੇ ਨਾਲ ਜਿਹੜੇ ਸਾਡੇ ਮਹਿਮਾਨ ਜੁੜੇ ਨੇ ਬਖਸ਼ੀ ਬਿੱਲਾ ਜੀ ਜਲੰਧਰ ਤੋਂ ਪੰਜਾਬ ਤੋਂ ਅਤੇ ਉਹਨਾਂ ਦਾ ਜਿਹੜਾ ਗਾਇਕੀ ਦੇ ਵਿੱਚ ਜਿਹੜਾ ਯੋਗਦਾਨ ਹੈ ਉਸ ਦੇ ਬਾਰੇ ਆਪਾਂ ਤਾਂ ਗੱਲਬਾਤ ਕਰ ਰਹੇ ਹਾਂ ਸੋ ਬਖਸ਼ੀ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਸੋ ਬਖਸ਼ੀ ਭਾਅ ਜੀ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਜਿੱਥੇ ਟੀਮ ਵਰਕ ਤੁਹਾਡੇ ਘਰ ਦੀ ਟੀਮ ਹੈਗੀ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਵਾਈਫ ਮੈਨੇਜ ਕਰਦੇ ਨੇ ਸਾਰਾ ਕੁਛ ਈਵਨ ਕੰਪੋਜ਼ ਵੀ ਉਹ ਕਰਦੇ ਨੇ ਅਤੇ ਉਸ ਦੇ ਨਾਲ ਨਾਲ ਜਿੱਥੇ ਆਪਾਂ ਗੱਲ ਕੀਤੀ ਕਿ ਮਿਊਜ਼ਿਕ ਕਿੱਥੋਂ ਕਿੱਥੋਂ ਲਿਆ ਪਰ ਉਸ ਦੇ ਵਿੱਚ ਜਦੋਂ ਗੀਤ ਜਿਹੜੇ ਆਪਾਂ ਤੁਸੀਂ ਗਾਏ ਨੇ ਹੁਣ ਤੱਕ ਅਤੇ ਸਾਡੇ ਕਾਫੀ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵੀ ਜਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਕਾਫੀ ਸਾਰੇ ਰਾਈਟਰ ਨੇ
ਜਿਹੜੇ ਲਿਖਦੇ ਨੇ ਬਹੁਤ ਸੋਹਣਾ ਲਿਖਦੇ ਨੇ ਤਾਂ ਉਹਨਾਂ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ। ਕਿਹੜੇ ਕਿਹੜੇ ਜਿਹੜੇ ਰਾਈਟਰ ਨੇ ਉਹਨਾਂ ਦਾ ਤੁਸੀਂ ਹੁਣ ਤੱਕ ਗੀਤ ਗਾ ਚੁੱਕੇ ਹੋ? ਮੈਂ ਵਟਸਐਪ ਜਿਸ ਤਰ੍ਹਾਂ ਗੀਤਕਾਰ ਤਰਕੂ ਦਾ ਵਾਲੇ ਨੀਲਾ ਬਜੋਏ ਵਾਲਾ ਨਿਰਦਨ ਕਰਤਾਰਪੁਰ ਸਾਹਿਬ ਗਾਮਾ ਸਿੰਘਾਂ ਵਾਲਾ ਉਹ ਦਲਜੀਤ ਢਿੱਲੋਂ ਕਿੰਗਰਾ ਚੋਅ ਵਾਲਾ ਔਰ ਬਹੁਤ ਸਾਰੇ ਸ਼ਾਇਰ ਗੀਤਕਾਰ ਬਹੁਤ ਜ਼ਿਆਦਾ ਜਿਹਨਾਂ ਬਾਰੇ ਮੈਂ ਸਾਰਾ ਨਹੀਂ ਦੱਸ ਸਕਦਾ, ਬੜੀ ਲੰਬੀ ਲਿਸਟ ਹੈ। ਜੀ ਜੀ ਸਾਡੇ ਦੀਪ ਬਾਈਆ ਜੀ ਜਿਹੜਾ ਗੁਰੂ ਤੋਂ ਉਹਨਾਂ ਦੇ ਕਾਫ਼ੀ ਸੌਂਗ ਆ ਰਹੇ ਨੇ, ਹੋਰ ਵੀ ਬਹੁਤ ਸਾਰੇ ਸ਼ੰਭੂ ਮਸਤਾਨਾ ਜੀ ਮਾਨਸਾ ਤੋਂ, ਸਾਡੇ ਪਾਰਸ ਸਾਹਿਬ ਜਿੰਦਲਵਾਹੇ ਤੋਂ ਉਹਨਾਂ ਦੇ ਕਾਫ਼ੀ ਸਾਰੇ ਸੌਂਗ, ਪੱਪੀ ਪੁਸ਼ਪਿੰਦਰ ਜੀ ਲੜੇ ਤੋਂ, ਹੋਰ ਬਹੁਤ ਸਾਰੇ ਗੀਤਕਾਰ, ਸਾਰੇ ਦੇ ਗੀਤ ਤੁਹਾਡੇ ਰੂਬਰੂ ਕਰਾਂਗੇ, ਬਹੁਤ ਸਾਰੇ ਗੀਤ। ਕਿਉਂਕਿ ਥੋੜ੍ਹਾ ਮਤਲਬ ਕਹਿਣਾ ਸੀ ਜਦੋਂ ਬੰਦਾ 50 ਤੋਂ ਉੱਪਰ ਹੋ ਜਾਂਦਾ ਨਾ ਥੋੜ੍ਹਾ ਫਰਕ ਪੈਣ ਲੱਗ ਪੈਂਦਾ ਯਾਦ ਵਾਸਤੇ, ਕਿਉਂਕਿ 54 ਦੇ 54 ਦੇ ਹੋ ਗਏ ਹੈ ਜੀ ਸਰ, ਯੰਗ ਹੋ ਤੁਸੀਂ ਅਜੇ। ਤੇ ਉਹ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਕਿ ਇੰਨੇ ਸਾਰੇ ਗੀਤ ਹੁੰਦੇ ਨੇ ਉਹ ਕਾਫ਼ੀ ਨਾਂ ਜਿਹੜੇ ਮੈਂ ਤਾਂ ਕਹਿ ਰਹਿੰਦਾ ਵਾਂ ਵੀ ਜੇ ਕਿਸੇ ਦਾ ਨਾਂ ਨਹੀਂ ਵੀ ਲਿੱਤਾ ਗਿਆ ਤੇ ਦਿਲ ਦੇ ਵਿੱਚ ਪੂਰਾ ਸਤਿਕਾਰ ਆ ਜਿਨ੍ਹਾਂ ਦੇ ਵੀ ਗੀਤ ਗਾਏ ਨੇ ਮਕਬੂਲ ਹੋਏ ਨੇ, ਤੇ ਉਹ ਜ਼ਰੂਰ ਹਾਜ਼ਰੀ ਤੁਹਾਡੀ ਲੱਗ ਗਈ ਆ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਦੇ ਵੀ ਗੀਤ ਬਿੱਲਾ ਭਾਅ ਜੀ ਨੇ ਗਾਏ ਨੇ। ਸੋ ਬਿੱਲਾ ਭਾਅ ਜੀ ਹੁਣ ਕਿਹੜਾ ਗੀਤ ਆਪਾਂ ਸੁਣਾ ਰਹੇ ਹਾਂ? ਮੇਰਾ ਗੀਤ ਇੱਕ ਵਟਸਐਪ ਬੜਾ ਮਕਬੂਲ ਹੋਇਆ ਸੀ ਯੂਕੇ 'ਚ, ਮਾਂ ਦਾ ਗੀਤ ਹੈ, ਕਿਉਂਕਿ ਮਾਨ ਸਾਹਿਬ ਗਾਇਆ ਸੀ ਮਾਂ ਹੁੰਦੀ ਮਾਂ ਦੁਨੀਆ ਵਾਲਿਓ, ਜੀ ਐਸ ਟੈਗਰ ਯੂਕੇ ਤੋਂ ਉਹਨਾਂ ਨੇ ਮਿਊਜ਼ਿਕ ਕੀਤਾ ਸੀ, ਉਹ ਮੈਂ ਤੁਹਾਡੇ ਲਾਈਨਾਂ ਤੋਂ ਰੂਬਰੂ ਕਰ ਰਿਹਾ। ਕਰਜ਼ਾ ਸਿਰ ਤੋਂ ਲਾਉਣਾ ਸਾਰੀ ਜ਼ਿੰਦਗੀ ਔਖਾ ਹੈ। ਇੱਕ ਪਰਸੋਂ ਪ੍ਰੋਗਰਾਮ ਆ ਰਿਹਾ ਸੀਗਾ, ਉਹ ਪੂਰਾ ਪ੍ਰੋਗਰਾਮ ਹੀ ਮਾਂ ਦੇ ਉੱਪਰ ਉਹਨਾਂ ਨੇ ਸਮਰਪਿਤ ਕੀਤਾ ਸੀਗਾ, ਸਾਰੇ ਗੀਤ ਮਾਵਾਂ ਬਾਰੇ ਸੀਗੇ, ਸੁਣ ਕੇ ਕਾਫ਼ੀ ਭਾਵੁਕ ਵੀ ਹੋਏ ਸੀਗੇ ਅਸੀਂ, ਕਿਉਂਕਿ ਗੱਲ ਇਹ ਹੈਗੀ ਆ ਕਿ ਵੀ ਜਿੱਦਾਂ ਆਪਾਂ ਗੱਲਬਾਤ ਕਰਦੇ ਹਾਂ, ਤਾਰੀਫ ਕਰਦੇ ਹਾਂ, ਸਾਰਾ ਕੁਛ ਕਰਦੇ ਹਾਂ, ਤੇ ਮਾਂ ਦਾ ਇੱਕ ਜਿਹੜਾ ਰੁਤਬਾ ਬੜਾ ਉੱਚਾ ਆ, ਤੇ ਜਿੱਥੇ ਆਪਾਂ ਮਾਂ ਦੇ ਪੈਰਾਂ ਦੇ ਵਿੱਚ ਜੰਨਤ ਹੈ, ਤੇ ਹਰ ਕਿਸੇ ਦੇ ਨਸੀਬ ਮਾਂ ਦੀ ਛਾਂ ਹੋਵੇ, ਤੇ ਅਸੀਂ ਇਹੋ ਅਰਦਾਸ ਕਰਦੇ ਹਾਂ। ਤੇ ਮਾਂ ਪਿਓ ਦੀ ਇੱਜ਼ਤ ਜ਼ਰੂਰ ਕਰਿਆ ਕਰੋ, ਕਿਉਂਕਿ ਆਪਾਂ ਆਪਣੀ ਜਿਹੜੀ ਹੁਣ ਦੀ ਪੀੜ੍ਹੀ ਆ, ਜਨਰੇਸ਼ਨ ਆ, ਜਿਹਨਾਂ ਕੋਲ ਮਾਪੇ ਹੈਗੇ ਨੇ ਉਹਨਾਂ ਨੂੰ ਕਦਰ ਨਹੀਂ ਹੁੰਦੀ, ਤੇ ਜਿਹੜੇ ਉਹਨਾਂ ਤੋਂ ਦੂਰ ਸਾਡੇ ਵਰਗੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਆ ਉਸ ਦੀ ਵੈਲਿਊ ਦਾ। ਸੋ ਜ਼ਰੂਰ ਆਪਣੇ ਮਾਂ ਪਿਓ ਦੀ ਜ਼ਰੂਰ ਇੱਕ ਵਾਰ ਤਾਰੀਫ ਕਰਿਆ ਕਰੋ ਦਿਨ ਦੇ ਵਿੱਚ ਜਿੱਥੇ ਤੁਸੀਂ ਆਪਣੇ ਹਰ, ਕਿਉਂਕਿ ਉਹ ਇੱਕ ਉਹਨਾਂ ਦੇ ਚਿਹਰੇ 'ਤੇ ਇੱਕ ਨੂਰ, ਇੱਕ ਕਿਉਂਕਿ ਤੁਸੀਂ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕਈ ਵਾਰ ਕਿ ਉਹ ਦੇਖ ਕੇ ਅਣਦੇਖੇ, ਕਿ ਇੰਨੀ ਕੁ ਵਾਰ ਦੇਖਿਆ ਹੁੰਦਾ ਵਾ ਮਾਂ ਨੂੰ ਕਿ ਅਣਦੇਖੇ ਹੋ ਜਾਂਦਾ ਕਈ ਵਾਰ ਮਾਪਿਆਂ ਨੂੰ। ਸੋ ਉਹ ਜ਼ਰੂਰ ਉਹਨਾਂ ਦਾ ਮਾਣ ਸਤਿਕਾਰ ਕਰਿਆ ਕਰੋ ਦਿਨ ਦੇ ਵਿੱਚ ਇੱਕ ਦੋ ਵਾਰ ਜ਼ਰੂਰ, ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਹਾਂ ਕਿ ਆਪਣੇ ਬੱਚਿਆਂ ਦੀ ਤਾਰੀਫ ਕਰਦੇ ਹਾਂ, ਮੇਰਾ ਸੋਹਣਾ ਕਿੰਨਾ ਲੱਗ ਰਿਹਾ ਵਾ, ਉੱਥੇ ਹੀ
ਜੇ ਆਪਾਂ ਮਾਂ ਪਿਓ ਨੂੰ ਵੀ, ਕਿਉਂਕਿ ਇੱਕ ਇੱਕ ਉਮਰ ਤੋਂ ਬਾਅਦ ਜਿਹੜੇ ਮਾਂ ਪਿਓ ਵੀ ਹੁੰਦੇ ਨੇ ਉਹ ਇੱਕ ਜਦੋਂ ਆਪਾਂ ਉਹਨਾਂ ਦੀ ਉਮਰ 'ਚ ਆ ਜਾਂਦੇ ਹਾਂ ਲਾਈਕ ਅਡਲਟ ਹੋ ਜਾਂਦੇ ਹਾਂ ਤਾਂ ਉਹ ਥੋੜ੍ਹੇ ਉਹਨਾਂ ਨੂੰ ਜਿੱਦਾਂ ਬੱਚਿਆਂ ਵਾਂਗੂ ਉਹਨਾਂ ਦੀ ਤਾਰੀਫ ਕਰਕੇ ਉਹਨਾਂ ਨੂੰ ਹੱਸਣਾ ਖੇਡਣਾ ਚਾਹੀਦਾ ਆ। ਜਿੱਦਾਂ ਉਹਨਾਂ ਨੂੰ ਵੀ ਉਹਨਾਂ ਦੇ ਵੀ ਕਈ ਸ਼ੌਂਕ ਹੁੰਦੇ ਨੇ ਉਹ ਜ਼ਰੂਰ ਪੂਰੇ ਕਰਿਆ ਕਰੋ, ਕਿਉਂਕਿ ਮੈਂ ਹੁੰਦਾ ਆ ਕਿ ਕੋਈ ਵੀ ਗੀਤ ਆ ਜਾਂ ਕੁਛ ਆ ਕਿਸੇ ਚੀਜ਼ ਦੇ ਰਾਹੀਂ ਜਦੋਂ ਆਪਾਂ ਕੋਈ ਮੈਸੇਜ ਦਿੰਦੇ ਕੋਈ ਗੱਲਬਾਤ ਕਰਦੇ ਹਾਂ ਜਿਹੜੀ ਗੱਲ ਦਿਲ ਨੂੰ ਛੂਹੰਦੀ ਆ ਉਹ ਦਿਲ ਦੀਆਂ ਗੱਲਾਂ ਪ੍ਰੋਗਰਾਮ ਦਾ ਨਾਂ ਆ, ਤੇ ਜੇ ਦਿਲ ਦੀ ਗੱਲ ਨਾ ਕੀਤੀ ਤਾਂ ਫਿਰ ਉਹ ਗੱਲ ਅਧੂਰੀ ਰਹਿ ਜਾਂਦੀ ਆ। ਮਾਰਸਮ ਇੱਕ ਮਾਂ ਬਾਪ ਵਾਸਤੇ ਵੀ ਇੱਕ ਮੈਸੇਜ ਸੀ, ਮੈਂ ਗਾਣਾ ਰੈਡੀ ਕੀਤਾ ਜੀ, ਸ਼ਾਇਦ ਤਿਆਰ ਕਰਾਂਗੇ ਜਲਦੀ ਰੈਡੀ ਕਰਾਂਗੇ, ਜੀ ਕਿਉਂਕਿ ਜੀ ਬੜਾ ਦੁੱਖ ਹੁੰਦਾ ਜਦੋਂ ਮਾਂ ਬਾਪ ਨੂੰ ਬਿਰਧ ਆਸ਼ਰਮ ਵਿੱਚ ਅਸੀਂ ਦੇਖਦੇ ਹਾਂ। ਜੀ ਇੱਕ ਮਾਂ ਜਿਹੜੀ 5 ਬੱਚਿਆਂ ਨੂੰ ਪਾਲਦੀ ਆ ਔਰ ਇੱਕ ਬੱਚਾ ਉਹਨੂੰ ਸਾਂਭਣ ਵਾਸਤੇ ਰੈਡੀ ਨਹੀਂ ਹੁੰਦਾ, ਤਿਆਰ ਨਹੀਂ ਹੁੰਦਾ ਜੀ ਜਦੋਂ ਬਜ਼ੁਰਗ ਹੋ ਜਾਂਦੇ ਆ। ਇੱਕ ਜੀ ਮਾਂ ਵਾਸਤੇ ਵੀ ਮੈਸੇਜ ਆ, ਤੁਹਾਡੇ ਦੂਰ ਕਰ ਰਿਹਾ ਜ਼ਰੂਰ। ਜੀ ਜੀ ਇੱਕ ਕਾਫੀ ਇੱਕ ਜਿਹੜਾ ਮੁਲਕਾਂ 'ਚ ਅਸੀਂ ਰਹਿੰਦੇ ਹਾਂ ਇੱਥੇ ਵੀ ਇਹ ਚੀਜ਼ਾਂ ਹੈਗੀਆਂ ਨੇ ਕਿ ਉਹ ਨਰਸਿੰਗ ਹੋਮ ਨੇ ਜਾਂ ਹੋਰ ਇਸ ਤਰੀਕੇ ਦਾ ਕਿ ਉਹ ਕਿਤੇ ਨਾ ਕਿਤੇ ਕੋਈ ਉਹੋ ਜਿਹੀਆਂ ਕਈ ਚੀਜ਼ਾਂ ਹੁੰਦੀਆਂ ਨੇ ਜਿਸ ਦੇ ਵਿੱਚ ਉਹਨਾਂ ਨੂੰ ਜਾਣਾ ਪੈਂਦਾ ਆ ਜਾਂ ਰਹਿਣਾ ਪੈਂਦਾ ਆ, ਉਹ ਇੱਕ ਡਿਫਰੈਂਟ ਚੀਜ਼ ਆ, ਕੋਈ ਟ੍ਰੀਟਮੈਂਟ ਵਾਸਤੇ ਰਹਿਣਾ ਪਵੇ ਜਾਂ ਉਸ ਤਰ੍ਹਾਂ ਦੀ। ਪਰ ਕਈ ਆਪਾਂ ਦੇਖਦਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਬਿਰਧ ਆਸ਼ਰਮ ਜਾਂ ਇਹੋ ਜਿਹੀਆਂ ਥਾਵਾਂ 'ਤੇ ਜਦੋਂ ਆਪਾਂ ਆਪਣੇ ਮਾਂ ਪਿਓ ਨੂੰ ਛੱਡ ਆਉਂਦੇ ਹਾਂ ਅਤੇ ਉਹ ਇੱਕ ਬਹੁਤ ਹੀ ਨਾਇਨਸਾਫੀ ਹੈ, ਕਿਉਂਕਿ ਉਹ ਕਿਤੇ ਨਾ ਕਿਤੇ ਮਾਯੂਸ ਹੋ ਜਾਂਦੇ ਆਪਾਂ ਚੀਜ਼ਾਂ ਸੁਣ ਕੇ ਕਿ ਜਿੱਥੇ ਇਹ ਆ ਇੱਦਾਂ ਦਾ ਵੀ ਇੱਕ ਜਿਹੜਾ ਦੌਰ ਹੈ, ਕਿਉਂਕਿ ਰੱਬ ਦੀ ਕਰੋਪੀ ਦੇਖ ਲਈ ਹੈ ਦੁਨੀਆ ਨੇ ਆ ਜਿਹੜਾ ਕੋਵਿਡ ਦੇ ਵਿੱਚ ਕਿ ਤੁਸ ਆਪਾਂ ਜੋ ਮਰਜ਼ੀ ਕਰ ਲਈਏ ਜਿੱਥੇ ਮਰਜ਼ੀ ਭੱਜ ਲਈਏ ਪਰ ਜਿੱਥੋਂ ਉਸ ਵਾਹਿਗੁਰੂ ਦਾ ਉਸ ਰੱਬ ਦਾ ਜਿੱਥੇ ਕੰਟਰੋਲ ਹੈਗਾ ਵਾ ਸੋ ਉਹਨੂੰ ਨੈਚੁਰਲੀ ਰਹਿਣ ਦਿਉ, ਉਹਨੂੰ ਨੈਚੁਰਲ ਨੂੰ ਅਨਨੈਚੁਰਲ ਨਾ ਕਰੋ। ਜੇ ਮਾਂ ਪਿਓ ਨੇ ਸਾਨੂੰ ਪਾਲਿਆ ਵਾ ਤਾਂ ਉਹ ਹੀ ਮੈਂ ਗੱਲ ਕਰ ਰਿਹਾ ਸੀ ਕਿ ਉਸ ਟਾਈਮ ਤੋਂ ਬਾਅਦ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਤੁਹਾਡੀ ਤਾਂ ਉਹਨਾਂ ਨੂੰ ਇਗਨੋਰ ਨਾ ਕਰੋ, ਉਹਨਾਂ ਦਾ ਧਿਆਨ ਰੱਖੋ, ਕਿਉਂਕਿ ਕਿਉਂਕਿ ਇੱਕ ਮਤਲਬ ਕਿ ਮੈਂ ਬੜਾ ਉਹ ਹੋ ਜਾਂਦਾ ਕਈ ਵਾਰ ਕਿ ਪਤਾ ਲੱਗਦਾ ਜਦੋਂ ਕਿ ਫਲਾਣੇ ਨੇ ਇੱਦਾਂ ਕੀਤਾ ਉਹਨੇ ਇੱਦਾਂ ਕੀਤਾ। ਸੋ ਸਾਡਾ ਤਾਂ ਇੱਕ ਕੰਮ ਹੈਗਾ ਵਾ ਮੈਸੇਜ ਦੇਣਾ, ਸੁਨੇਹਾ ਦੇਣਾ ਕਿ ਜਿੱਦਾਂ ਭਾਅ ਜੀ ਹੋਣਾ ਦੇ ਗੀਤ ਦੇ ਰਾਹੀਂ ਕਿ ਜ਼ਰੂਰ ਮਾਂ ਪਿਓ ਦਾ ਜ਼ਰੂਰ ਸਤਿਕਾਰ ਕਰਿਆ ਕਰੋ, ਇੱਜ਼ਤ ਕਰਿਆ ਕਰੋ। ਸੋ ਬਖਸ਼ੀ ਸਰ ਆਪਾਂ ਇੰਨੇ ਗੀਤ ਤੁਹਾਡੇ ਆਏ ਨੇ ਕਿ ਇੱਕ ਜੀਵਣਾ ਮੋੜ ਗੀਤ ਸੀਗਾ ਜੀਵਣਾ ਮੋੜ ਕਰਕੇ ਜੀ ਜੀ ਤੁਹਾਨੂੰ ਰੂਬਰੂ ਕਰਾ ਜੀ ਪਹਿਲੀ ਵੀਡੀਓ ਜੋ ਕਿ ਵਿੱਚ ਕੀਤੀ ਸੀ ਉਹ ਦੁਨੀਆ ਸਿਮਤਾ ਕਰਦੀ ਹੀ ਵੱਖਰੀ ਤੋਰਦੀਆਂ ਤੁੰਬਾ ਪਈਆਂ ਜੱਗੇ ਜਿਉਣੇ ਮੋੜਦੀਆਂ ਕੋਰਟ ਕਚਹਿਰੀ ਚੱਲਦੇ ਕੇਸ ਦੇ ਮਿੱਤਰਾਂ ਦੇ ਉਹ ਠੇਕੇ ਠਾਣਿਆਂ ਨਾਲ ਜੀ। ਸੋ ਇੰਨੇ ਗੀਤ ਨੇ ਸਾਰੇ ਗੀਤ ਜਦੋਂ ਆਪਾਂ ਜਿਹੜੇ ਮੁੰਡੇ ਕੋਈ ਦੇਖ ਰਹੇ ਹੋਣਗੇ ਭੰਗੜੇ ਵਾਲੇ ਜਿਹੜੇ ਭੰਗੜੇ ਦੇ ਗੀਤ ਜਿਹੜੇ ਕਿ ਭੰਗੜਾ ਬਲੋ ਆਊਟ ਜਾਂ ਇੱਦਾਂ ਦੇ ਹੁੰਦੇ ਨੇ ਉਹਨਾਂ ਦੇ ਵਿੱਚ ਅਤੇ ਜ਼ਰੂਰ ਉਹਨਾਂ ਨੂੰ ਇੱਕ ਤੁਹਾਡਾ ਬਾਰੇ ਪਤਾ ਲੱਗੇਗਾ ਕਿ ਇਹਨਾਂ ਦੇ ਗੀਤਾਂ ਦੇ ਉੱਤੇ ਅਸੀਂ ਜਿਹੜੇ ਆ ਪ੍ਰਾਈਜ਼ ਜਿੱਤੇ ਨੇ ਭੰਗੜੇ ਦੇ ਕੰਪੀਟੀਸ਼ਨ ਜਿੱਤੇ ਨੇ। ਅਤੇ ਹੋਰ ਵੀ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਆਉਣ ਵਾਲੇ ਅਗਲੇ ਸੈਗਮੈਂਟ ਦੇ ਵਿੱਚ, ਹੋਰ ਵੀ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਉਹ ਦਰਸ਼ਕਾਂ ਨੂੰ ਆਪਾਂ ਦੇਣੀ ਹੈ ਅਤੇ ਤੁਹਾਡੇ ਬਾਰੇ ਵੀ ਤੁਹਾਡੇ ਗੀਤਾਂ ਬਾਰੇ ਵੀ ਅਤੇ ਜਿੰਨੇ ਵੀ ਵੱਧ ਤੋਂ ਵੱਧ ਸੁਣਾ ਸਕਾਂਗੇ ਗੀਤ ਜ਼ਰੂਰ ਸੁਣਾਵਾਂਗੇ, ਲਿਸਟ ਆਪਾਂ ਬਣਾ ਕੇ ਰੱਖੀ ਹੈ
ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬ੍ਰੇਕ ਲੈਣੀ ਪੈਂਦੀ ਹੈ ਸਾਨੂੰ ਥੋੜ੍ਹੀ ਦੇਰ ਬਾਅਦ ਸੋ ਦਰਸ਼ਕੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਜੇ ਤੁਹਾਡੀ ਕੋਈ ਫਰਮਾਇਸ਼ ਹੈਗੀ ਹੈ ਕੋਈ ਗੱਲਬਾਤ ਤੁਸੀਂ ਇਹਨਾਂ ਨਾਲ ਕਰਨਾ ਚਾਹੁੰਦੇ ਹੋ ਤੇ ਥੱਲੇ ਲਿਖੇ ਨੰਬਰ ਤੇ ਜ਼ਰੂਰ ਕਾਲ ਕਰਿਓ ਤੇ ਜਾਇਓ ਕਿਤੇ ਨਾ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਰੂਬਰੂ ਹੋਏ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਸਾਡੇ ਨਾਲ ਫੋਨ ਰਾਹੀਂ ਜੁੜ ਸਕਦੇ ਹੋ ਥੱਲੇ ਲਿਖੇ ਨੰਬਰ ਦੇ ਉੱਪਰ ਤੇ ਅੱਜ ਅਸੀਂ ਤੁਹਾਡੇ ਲਈ ਇਸ ਐਂਟਰਟੇਨਮੈਂਟ ਦੇ ਪ੍ਰੋਗਰਾਮ ਦੇ ਵਿੱਚ ਦਿਲ ਦੀਆਂ ਗੱਲਾਂ ਦੇ ਵਿੱਚ ਜਿੱਥੇ ਅਸੀਂ ਹਰ ਮੰਗਲਵਾਰ ਤੁਹਾਡਾ ਐਂਟਰਟੇਨਮੈਂਟ ਕਰਦੇ ਹਾਂ ਕੋਈ ਨਾ ਕੋਈ ਸਾਡਾ ਸਿੰਗਰ ਜਾਂ ਮਿਊਜ਼ੀਸ਼ੀਅਨ ਜਾਂ ਐਕਟਰ ਲੈ ਕੇ ਆਉਂਦੇ ਹਾਂ ਤੁਹਾਡੇ ਵਾਸਤੇ ਤਾਂ ਉਸਦੇ ਵਿੱਚ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਬਖਸ਼ੀ ਬਿੱਲਾ ਜੀ ਇੰਡੀਆ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਥੈਂਕ ਯੂ ਸੋ ਆਪਾਂ ਗੱਲਬਾਤ ਬਖਸ਼ੀ ਭਾਅ ਜੀ ਕਰ ਰਹੇ ਸੀਗੇ ਕਿ ਭੰਗੜੇ ਦੀ ਕਮਿਊਨਿਟੀ ਦੀ ਮੈਸੇਜ ਦੀ ਗੀਤਾਂ ਰਾਹੀਂ ਤੇ ਜਿੰਨੇ ਵੀ ਗੀਤ ਮੋਸਟਲੀ ਤੁਹਾਡੇ ਹੁੰਦੇ ਨੇ ਮੈਸੇਜ ਦੇ ਉੱਪਰ ਹੁੰਦੇ ਨੇ ਜਾਂ ਭੰਗੜਾ ਬੀਟਸ ਜਾਂ ਹੋਰ ਵੀ ਲਾਈਕ ਕਲਚਰ ਦੇ ਨਾਲ ਕਾਫੀ ਜੁੜੇ ਹੁੰਦੇ ਨੇ ਤਾਂ ਉਸ ਦੇ ਵਿੱਚ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿ ਜਦੋਂ ਇਸ ਫੀਲਡ ਦੇ ਵਿੱਚ ਤੁਸੀਂ ਮਿਊਜ਼ਿਕ ਦੀ ਇੰਡਸਟਰੀ ਦੇ ਵਿੱਚ ਹੈਗੇ ਹੋ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਹਾਡੇ ਬੇਟੇ ਜਿਹੜੇ ਕਿ 12th ਗ੍ਰੇਡ ਦੇ ਵਿੱਚ ਨੇ ਉਹਨਾਂ ਦਾ ਵੀ ਰੁਝਾਨ ਇੱਧਰ ਹੈ ਮਿਊਜ਼ਿਕ ਵੱਲ ਥੋੜ੍ਹਾ ਬਹੁਤ ਉਹਨਾਂ ਦਾ ਰੁਝਾਨ ਸ਼ੌਕ ਸੀ ਉਹਨਾਂ ਨੂੰ ਵੈਸੇ ਜਲੰਧਰ ਜ਼ਿਲ੍ਹੇ ਚੋਂ ਪੂਰੇ ਚੋਂ ਫਸਟ ਆਏ ਹੋ ਪੰਜਾਬੀ ਫੋਕ ਸਿੰਗਿੰਗ 'ਚ ਪਰ ਮੇਰੀ ਸੋਚ ਮੇਰਾ ਧਿਆਨ ਸੀ ਕਿ ਉਹ ਇਹਦੇ ਪਾਸੇ ਨਾ ਆਉਣ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਅਤੇ ਉਹ ਪੜ੍ਹਦੇ ਨੇ ਪੜ੍ਹਾਈ ਕਰ ਰਹੇ ਨੇ ਪਲੱਸ ਟੂ 'ਚ ਅਤੇ ਸਲੂਨ ਦੀ ਸ਼ੌਕ ਉਹਨਾਂ ਨੂੰ ਪੜ੍ਹਾਈ ਹੈ ਇੱਥੇ ਬਹੁਤ ਵਧੀਆ ਸਲੂਨ ਦਾ ਕੰਮ ਕਰਦੇ ਨੇ ਉਹ ਕੰਮ ਉਹਨਾਂ ਦਾ ਬਹੁਤ ਵਧੀਆ ਜੋਬ ਬਹੁਤ ਵਧੀਆ ਔਰ ਪਲੱਸ ਟੂ ਵਿੱਚ ਪੜ੍ਹਾਈ ਕਰ ਰਹੇ ਨੇ ਕਿਉਂਕਿ ਗੀਤ ਸੰਗੀਤ ਗਾਉਣਾ ਜਿਹੜਾ ਭਾਜੀ ਲੋਕਾਂ ਨੇ ਗਾਣੇ ਨੂੰ ਕਵੀ ਬਣਾ ਲਿਆ ਸਿੰਪਲ ਹੀ ਬਣਾ ਲਿਆ ਜਿਹੜਾ ਸਹੀ ਮਕਸਦ ਸੀ ਸੌਂਗ ਦਾ ਉਹ ਸੀ ਗਾ ਨਾ ਜੀ ਕਿੰਨਾ ਸੁਭਾਅ ਤੁਸੀਂ ਸ਼ਾਇਰ ਨੇ ਕਿਹਾ ਵੀ ਗਾ ਨਾ ਇਹ ਗਾਉਣਾ ਬਹੁਤ ਔਖੀ ਗੱਲ ਹੈ ਸਾਰਿਆਂ ਦੇ ਬਸ ਦੀ ਗੱਲ ਨਹੀਂ ਬਾਕੀ ਹੁਣ ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਦੇਖਦਾ ਹੁੰਦਾ ਟੀਵੀ ਤੇ ਵੀ ਬਹੁਤ ਸਾਰੇ ਗੀਤ ਉਹ ਗਾਣੇ ਨਹੀਂ ਹੁੰਦੇ ਗੱਲਾਂ ਹੁੰਦੀਆਂ ਜ਼ਿਆਦਾ ਸਿੱਖਣਾ ਚਾਹੀਦਾ ਰਿਆਜ਼ ਕਰਨਾ ਚਾਹੀਦਾ ਮਿਹਨਤ ਕਰਕੇ ਅੱਗੇ ਆਓ ਸਾਨੂੰ ਵਰਸਾ 45 ਸਾਲ ਹੋ ਗਏ ਸਾਡਾ ਸੰਘਰਸ਼ ਜਾਰੀ ਹੈ ਤੇ ਸ਼ੁਕਰ ਹੈ ਮਾਲਕ ਦਾ ਸਤਿਗੁਰ ਦਾ ਲੱਖ ਲੱਖ ਸ਼ੁਕਰ ਹੈ ਬਹੁਤ ਸਾਰੇ ਗਾਣੇ ਹੁਣ ਬਹੁਤ ਸਾਰੇ ਵੀਡੀਓ ਕਰ ਰਹੇ ਹਾਂ ਤੋ ਇੱਕ ਮੇਰਾ ਗੀਤ ਮਨੀ ਸਧੂ ਨੇ ਕੀਤਾ ਸੀ ਤੁਹਾਡੇ ਪ੍ਰੋਗਰਾਮ ਦਾ ਨਾਮ ਦਿਲ ਦੀਆਂ ਗੱਲਾਂ ਦੇ ਗੀਤ ਸੀ ਮੇਰਾ ਮੈਂ ਡੋਲ ਰਿਹਾ ਤਾਂ ਰੂਹ ਕਰ ਰਿਹਾ ਜੀ ਦਿਲ ਦੀਆਂ ਗੱਲਾਂ ਦੇ ਉੱਪਰ ਵੀ ਗੀਤ ਹੋ ਗਿਆ ਤੇ ਦਿਲ ਦੀਆਂ ਗੱਲਾਂ ਹੋ ਹੀ ਰਹੀਆਂ ਨੇ ਤੇ ਦਿਲ ਦੀਆਂ ਗੱਲਾਂ ਦੇ ਵਿੱਚ ਮੈਂ ਕਿਉਂਕਿ ਸਾਡਾ ਤੁਸੀਂ ਦੇਖ ਵੀ ਰਹੇ ਹੋਗੇ ਮੈਂ ਰਾਈਟ ਸ਼ੋਲਡਰ ਤੇ ਗ੍ਰੀਨ ਪੱਟੀ ਬੰਨੀ ਆ ਜਿਹੜੀ ਕਿ ਸਾਡੇ ਕਿਸਾਨ ਭਰਾਵਾਂ ਦੇ ਸਹਿਯੋਗ ਦੇ ਵਿੱਚ ਆ ਤੇ ਤੁਹਾਡੇ ਉਸ ਸੰਘਰਸ਼ ਬਾਰੇ ਕੀ ਵਿਚਾਰ ਨੇ ਦੇਖੋ
ਜੋ ਕਿਸਾਨ ਸੰਘਰਸ਼ ਚੱਲ ਰਿਹਾ ਹੈ ਤਾਂ ਸਰਕਾਰ ਨੂੰ ਜੋ ਇਹਨਾਂ ਨੇ ਕਾਨੂੰਨ ਬਣਾਏ ਨੇ ਉਹਨਾਂ ਵੱਲ ਧਿਆਨ ਕਰਨਾ ਚਾਹੀਦਾ, ਕਿਉਂਕਿ ਬਹੁਤ ਸਾਰੇ ਲੋਕ ਜੇ ਕੋਲ ਮੇਰੀ ਪ੍ਰਾਪਰਟੀ ਹੈ, ਜੇ ਮੈਂ ਮੇਰੇ ਕੋਲ ਗੱਡੀ ਹੈ ਮੈਂ ਤੁਹਾਨੂੰ ਨਹੀਂ ਦੇਣੀ ਚਾਹੁੰਦਾ, ਤੁਸੀਂ ਜ਼ਬਰਦਸਤੀ ਮੇਰੇ ਕੋਲ ਲੈ ਨਹੀਂ ਸਕਦੇ ਜੀ। ਤੋ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਰਿਕੁਐਸਟ ਹੈ ਸਾਡੀ, ਬੇਨਤੀ ਹੈ, ਸਾਰੇ ਸਿੰਗਰਾਂ ਨੇ ਰਿਕੁਐਸਟ ਕੀਤੀ ਹੈ ਕਿ ਜੋ ਕਿਸਾਨਾਂ ਦੀਆਂ ਮੰਗਾਂ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ, ਮੰਗ ਲੈਣੀ ਚਾਹੀਦੀਆਂ, ਮੰਨਣੀਆਂ ਚਾਹੀਦੀਆਂ। ਦੇਖੋ ਕਿੰਨੀ ਸਾਦੀ ਵਿੱਚ ਬੱਚੇ ਛੋਟੇ ਛੋਟੇ ਬਜ਼ੁਰਗ ਸਾਡੇ ਸਾਰੇ ਲੋਕ ਠੰਡ ਵਿੱਚ ਕਿਸ ਤਰ੍ਹਾਂ ਉੱਤੇ ਬੈਠੇ ਨੇ ਦਿੱਲੀ ਵਿੱਚ, ਤੋ ਪੜ੍ਹਨਾ ਚਾਹੀਦਾ। ਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਨੇ ਬਾਣੀ ਚ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਰ ਕੋ ਅੰਨ, ਛੋਟ ਬੜੇ ਮੇਂ ਸਮ ਵਸੇ ਰਵਿਦਾਸ ਰਹੇ ਪ੍ਰਸੰਨ। ਦਿੱਲੀ ਵਿੱਚ ਉਦੋਂ ਰਾਜਾ ਸਿਕੰਦਰ ਲੋਧੀ ਸੀ, ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਖੁਸ਼ ਹੋ ਕੇ ਖੇਤ ਜ਼ਮੀਨ ਦੇ ਦਿੱਲੀ ਵਿੱਚ ਦਿੱਤੇ ਸੀ। ਤੇ ਉਦੋਂ ਰਾਜੇ ਨੇ ਕਿਹਾ ਸੀ ਕਿ ਮੰਗੋ ਚ ਕੀ ਚਾਹੀਦਾ ਤੈਨੂੰ, ਰਾਜਾ ਰਾਜ ਕਰਨ ਵਾਲਾ ਦੁਨੀਆ ਤੇ। ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਕਿਹਾ ਸੀ ਕਿ ਤੁਹਾਨੂੰ ਕੀ ਚਾਹੀਦਾ। ਗੁਰੂ ਰਵਿਦਾਸ ਮਹਾਰਾਜ ਨੇ ਸ਼ਬਦ ਲਿਖਿਆ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਰ ਕੋ ਅੰਨ, ਛੋਟ ਬੜੇ ਮੈਂ ਸਮ ਵਸੇ ਰਵਿਦਾਸ ਰਹੇ ਪ੍ਰਸੰਨ। ਕਹਿੰਦੇ ਮੈਨੂੰ ਖੁਸ਼ੀ ਹੋਏਗੀ ਕਿ ਸਾਰੇ ਲੋਕਾਂ ਨੂੰ ਰਿਜ਼ਕ ਰੋਟੀ ਜੋ ਮਿਲਣੀ ਚਾਹੀਦੀ ਹੈ, ਜੋ ਸਾਡੇ ਕਿਸਾਨ ਭਰਾਵਾਂ ਦੀਆਂ ਮੰਗਾਂ ਨੇ ਉਹ ਜਾਇਜ਼ ਨੇ, ਉਹਨਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਉਹ ਬੜੀ ਮੁਸ਼ਕਿਲ ਵਿੱਚ ਨੇ, ਇਸ ਤਰ੍ਹਾਂ ਉਹ ਦਿਨ ਰਾਤ ਠੰਡ ਵਿੱਚ ਬਾਰਿਸ਼ਾਂ ਵਿੱਚ ਛੋਟੇ ਛੋਟੇ ਬੱਚੇ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ, ਔਰ ਕਿੰਨੀਆਂ ਉੱਥੇ ਮੌਤਾਂ ਹੋ ਗਈਆਂ। ਮੋਦੀ ਸਰਕਾਰ ਨੂੰ ਸਾਡੇ ਅਪੀਲ ਹੈ ਸਾਡੇ ਵੱਲੋਂ ਵੀ ਹੱਥ ਵੱਢ ਕੇ ਕਿ ਜਿਹੜੇ ਉਹ ਕਿਸਾਨ ਨੇ ਉਹਨਾਂ ਦੇ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਔਰ ਮੰਨ ਲੈਣੀ ਚਾਹੀਦੀਆਂ ਨੇ। ਇਹੀ ਮੇਰਾ ਧਿਆਨ ਜੀ। ਕਿਉਂਕਿ ਜਿਹੜਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਮੇਰੀ ਮੇਰੀ ਪ੍ਰੋਪਰਟੀ ਆ, ਮੇਰੀ ਜਗ੍ਹਾ ਆ, ਮੈਂ ਉਸ 'ਤੇ ਕੀ ਕਰ ਰਿਹਾ ਵਾਂ ਅਤੇ ਉਹ ਕਿਸ ਤਰੀਕੇ ਨਾਲ ਕਰ ਰਿਹਾ ਵਾਂ, ਉਹ ਉਸ ਦੇ ਉੱਪਰ ਕਿਸੇ ਦਾ ਕੰਟਰੋਲ ਨਹੀਂ ਹੋਣਾ ਚਾਹੀਦਾ। ਹਾਂ ਠੀਕ ਆ, ਜੇ ਕੋਈ ਉੱਦਾਂ ਦੀ ਚੀਜ਼ ਹੈਗੀ ਆ, ਕੋਈ ਗੈਰ ਕਾਨੂੰਨੀ ਕੰਮ ਕੋਈ ਕਰ ਰਿਹਾ ਵਾ, ਪਰ ਜਿਹੜਾ ਆਪਣੀ ਮਿਹਨਤ ਕਰ ਰਿਹਾ ਵਾ, ਆਪਣੀ ਮਿਹਨਤ ਦੀ ਰਿਜਕ ਹੈਗਾ ਵਾ ਜਿਹੜਾ ਤੁਹਾਨੂੰ ਤੁਹਾਡਾ ਢਿੱਡ ਭਰ ਰਿਹਾ ਵਾ, ਅਤੇ ਤੁਸੀਂ ਉਹਨਾਂ ਨੂੰ ਹੀ ਦਬਾਉਣਾ ਚਾਹੋਗੇ, ਤਾਂ ਉਹ ਕਿਤੇ ਨਾ ਕਿਤੇ ਬਹੁਤ ਵੱਡੀ ਨਾ ਇਨਸਾਫ਼ੀ ਹੈ ਇਨਸਾਨੀਅਤ ਦੇ ਨਾਲ। ਸੋ ਬਖਸ਼ੀ ਭਾਅ ਜੀ, ਆਪਾਂ ਸਮਾਂ ਜਿਹੜਾ ਆ ਬੜੀ ਘੜੀ ਜਿਹੜੀ ਆ ਚੱਲੀ ਜਾਂਦੀ ਹੈ, ਗੱਲਾਂ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਲੱਗਦਾ ਕਦੋਂ ਇੱਕ ਘੰਟਾ ਹੋ ਜਾਂਦਾ ਆ। ਸੋ ਇੱਕ ਅੱਧਾ ਗੀਤ ਹੋਰ ਸੁਣਾਈਏ ਆਪਾਂ ਦਰਸ਼ਕਾਂ ਨੂੰ ਜੀ। ਜੀ, ਤੇ ਆਪਾਂ ਕਾਫੀ ਸਾਰੇ ਗੀਤ ਸੁਣਾਏ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਪੰਜਵੀਂ ਚੋਂ ਸ਼ੁਰੂ ਕੀਤਾ ਤੇ ਮਾਣਕ ਸਾਹਿਬ ਦੀ ਗੱਲਬਾਤ ਹੋਈ ਆ, ਤੇ ਆਪਾਂ ਮਾਣਕ ਸਾਹਿਬ ਨੂੰ ਜੇ ਸ਼ਰਧਾਂਜਲੀ ਨਾ ਦਈਏ ਤੇ ਕੁਛ ਨਾ ਕੁਛ ਅਧੂਰਾ ਰਹਿ ਜਾਏਗਾ। ਮਾਣਕ ਸਾਹਿਬ ਮੇਰਾ ਜੋ 30-35 ਸਾਲ ਪਹਿਲਾਂ ਨਾਲ ਬੜਾ ਪੰਗਾ ਪੈਂਦਾ ਰਿਹਾ, ਬਹੁਤ ਜ਼ਿਆਦਾ ਵਾਹ ਪਿਆ ਉਹਨਾਂ ਦਾ। ਮੈਨੂੰ ਵੀ, ਮੈਂ ਯੂਕੇ ਜਦੋਂ ਗਿਆ ਤੇ ਮੈਨੂੰ ਦੱਸਿਆ ਉਹਨਾਂ ਨੇ ਇੰਗਲੈਂਡ ਤੋਂ ਵੀ ਤੁਹਾਡਾ ਭਾਜੀ ਖੜਾ ਦੇਖਿਆ ਸੀ ਕਮਾਨ ਸਾਹਿਬ ਦੇ ਨਾਲ, ਤੋ ਇੱਕ ਨਾ ਕਮਲ ਰਾਜਾ ਸਾਹਿਬ ਮਜਾਰਾ ਉੱਥੇ ਮੈਂ ਵਾਰ ਬਾਬਾ ਬੰਦਾ ਸਿੰਘ ਬਹਾਦਰ ਮਾਰੇ ਉਹਨਾਂ ਨੂੰ ਗਾਈ ਸੀ, ਔਰ ਮੇਰਾ ਮਾਨ ਸਾਹਿਬ ਤੋਂ ਪਹਿਲਾ ਨੰਬਰ ਸੀ। ਮਾਨ ਸਾਹਿਬ ਕਹਿੰਦੇ ਨਹੀਂ ਗਾਉਣਾ, ਮੈਂ ਕਿਹਾ ਜੀ ਮੇਰਾ ਟਾਈਮ ਪਹਿਲਾਂ ਹੈ, ਮੀਟਿੰਗ ਨੇ ਕਿਹਾ ਇਹ ਬੰਦਾ ਗਾਊਗਾ ਪਹਿਲਾਂ। ਬੜੀਆਂ ਗੱਲਾਂ ਬਾਤਾਂ ਹੁੰਦੀਆਂ ਹੀ ਆ, ਬੜੇ ਖਾੜਿਆਂ 'ਚ ਬੜੇ ਪੰਗੇ ਪਏ। ਮਾਨ ਸਾਹਿਬ ਕਹਿੰਦੇ ਕਿਹੜੇ ਸਕੀਲ ਤੋਂ ਗਾਉਣਾ, ਮੈਂ ਕਿਹਾ ਜਿੱਥੋਂ ਤੁਸੀਂ ਗਾਇਆ ਜੀ, ਕਹਿੰਦੇ ਆ ਜਾ ਫਿਰ, ਤੋ ਉਹ ਮੈਂ ਲੈਣਾ ਤੁਹਾਨੂੰ ਪੇਸ਼ ਕਰਦਾ ਜੀ। ਉਹ ਹੋਇਆ ਕੀ ਜੇ ਪੀ ਜੰਮ ਪਈ, ਹਾਏ ਹੋਇਆ ਕੀ ਜੇ ਪੀ ਜੰਮ ਪਈ, ਮੇਰੀ ਭੁੱਖ 10 ਲੱਖ ਲੜੀ ਹੋ
ਜਿਸ ਤਰ੍ਹਾਂ ਆਪਾਂ ਸ਼ੁਰੂ ਤੋਂ ਹੀ ਗੱਲ ਕਰ ਰਹੇ ਹਾਂ ਕਿ ਜਿਹੜੇ ਗੀਤ ਮੋਸਟਲੀ ਮੈਸੇਜ ਵਾਲੇ ਜਿਹੜੇ ਹੁੰਦੇ ਨੇ ਉਸ ਉਹ ਜਦੋਂ ਆਉਂਦੇ ਨੇ ਤਾਂ ਉਸ ਦੇ ਉੱਪਰ ਜ਼ਰੂਰ ਗੱਲ ਕਰਨੀ ਬਣਦੀ ਹੈ। ਅਤੇ ਜਿਸ ਤਰ੍ਹਾਂ ਆਪਾਂ ਹੁਣ ਤਾਂ ਚਲੋ ਜ਼ਮਾਨਾ ਬਹੁਤ ਚੇਂਜ ਹੋ ਗਿਆ ਆ ਅਤੇ ਉਹ ਗੱਲਾਂ ਹੁਣ ਪਹਿਲੇ ਵਾਲੀਆਂ ਨਹੀਂ ਹੈਗੀਆਂ ਵਾ, ਕਿਉਂਕਿ ਹੁਣ ਧੀਆਂ ਜਿਹੜੀਆਂ ਨੇ ਉਹ ਮੁੰਡਿਆਂ ਤੋਂ ਵੀ ਅੱਗੇ ਨੇ ਹਰ ਇੱਕ ਫੀਲਡ ਦੇ ਵਿੱਚ, ਭਾਵੇਂ ਤੁਸੀਂ ਹਾਂ ਐਜੂਕੇਸ਼ਨ 'ਚ ਲੈ ਲਓ, ਕਿਸੇ ਵੀ ਇੰਡਸਟਰੀ ਦੇ ਵਿੱਚ ਲੈ ਲਓ, ਜਾਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਲੈ ਲਓ, ਅਤੇ ਪੂਰਾ ਬਰਾਬਰੀ ਆ। ਅਤੇ ਉਹ ਵੀ ਇੱਕ ਪਹਿਲਾਂ ਜ਼ਮਾਨੇ ਦੇ ਵਿੱਚ ਇੱਕ ਸਾਡੀ ਸਮਾਜ ਦੇ ਵਿੱਚ ਬੜੀ ਇਹ ਗੱਲ ਜਿਹੜੀ ਹੁੰਦੀ ਸੀਗੀ, ਜਿਹੜੀ ਦੁੱਖ ਭਰੀ ਕਿ ਧੀਆਂ ਨੂੰ ਕਿ ਥੋੜ੍ਹਾ ਜਿਹਾ ਖੁਸ਼ ਨਹੀਂ ਸੀ ਹੁੰਦੇ ਜੇ ਘਰ ਧੀ ਜੰਮ ਪੈਂਦੀ ਸੀਗੀ, ਪਰ ਤੁਹਾਨੂੰ ਨਹੀਂ ਪਤਾ ਕਿ ਜਿਹੜਾ ਕੋਈ ਬੱਚਾ ਆਇਆ ਆ ਦੁਨੀਆਂ ਦੇ ਉੱਪਰ ਉਹ ਆਪਣੀ ਕਿਸਮਤ ਲੈ ਕੇ ਆਇਆ, ਹੋ ਸਕਦਾ ਤੁਹਾਡੀ ਵੀ ਲੈ ਕੇ ਆਇਆ ਹੋਵੇ ਨਾਲ। ਸੋ ਉਹ ਜਿਹੜਾ ਆਪਣਾ ਪਰਿਵਾਰ ਦਾ ਮੈਂਬਰ ਕੋਈ ਆ, ਭਾਵੇਂ ਧੀ ਆ ਪੁੱਤ ਨੇ ਜਿਹੜੇ ਸਾਡੇ ਘਰ 'ਚ ਆਏ ਨੇ, ਅਤੇ ਮਾਵਾਂ ਨੂੰ ਓਨਾ ਹੀ ਕਸ਼ਟ ਝੱਲਣਾ ਪੈਂਦਾ ਵਾ ਜਿੰਨਾ ਕਿ ਪੁੱਤ ਲੱਗਿਆ ਵੇਲੇ ਅਤੇ ਧੀ ਵੇਲੇ, ਅਤੇ ਓਨਾ ਹੀ ਉਹਨਾਂ ਨੂੰ ਸਤਿਕਾਰ ਦੇਣਾ ਚਾਹੀਦਾ ਵਾ ਦੋਵਾਂ ਨੂੰ। ਅਤੇ ਉਹ ਇੱਕ ਸਮਾਜਿਕ ਬੁਰਾਈ ਜਿਹੜੀ ਆਪਣੇ ਹੈਗੀ ਅਜੇ ਵੀ ਕਈਆਂ ਥਾਵਾਂ 'ਤੇ ਹੈਗੀ ਆ, ਪਰ ਜਿੱਥੋਂ ਤੱਕ ਆਪਾਂ ਦੇਖਦੇ ਹਾਂ ਕਿ ਗਾਂਹ ਦੀ ਗਾਂਹ ਆਪਣੇ ਜਿਹੜੀ ਸਮਾਜ ਦੇ ਵਿੱਚ ਇਹ ਜਿਹੜੀਆਂ ਕਈ ਕੁਰੀਤੀਆਂ ਨੇ ਇਹ ਘੱਟ ਰਹੀਆਂ ਨੇ ਅਤੇ ਘਟਣੀਆਂ ਚਾਹੀਦੀਆਂ ਨੇ। ਅਤੇ ਬਖਸ਼ੀ ਭਾਅ ਜੀ, ਤੁਸੀਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਮੈਂ ਕੀ ਦੇ ਸਕਦਾ ਜੀ, ਵਧੀਆ ਸੌਂਗ, ਵਧੀਆ ਗੀਤ, ਜੋ ਕੋਈ ਸ਼ਬਦ ਪਿਆਰ ਭਰੇ ਉਹ ਸੁਣਿਆ ਕਰੋ, ਬਾਕੀ ਚਲੋ ਸਭ ਤੇ ਆਪਣੇ ਦਿਲ ਦੀ ਗੱਲ ਹੈ, ਜੋ ਤੁਹਾਨੂੰ ਚੰਗਾ ਲੱਗਦਾ ਜੀ। ਸਭ ਤੋਂ ਲਾਸਟ ਵਿੱਚ ਮੈਸੇਜ ਇਹ ਹੈ ਕਿ ਸਾਨੂੰ ਆਪਸੀ ਭਾਈਚਾਰਾ, ਆਪਸੀ ਪਿਆਰ, ਪਿਆਰ ਦੀਆਂ ਜੋ ਤੰਗਾਂ ਨੇ ਇਹ ਪਿਆਰ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਜ਼ਿੰਦਗੀ ਬੜੀ ਛੋਟੀ ਜੀ ਹੈ। ਸਭ ਨਾਲ ਹੀ ਸਾਨੂੰ ਪਿਆਰ ਕਰਨਾ ਚਾਹੀਦਾ, ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ, ਪਿਆਰ ਨਾਲ ਰਹਿਣਾ ਚਾਹੀਦਾ, ਕਿਉਂਕਿ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਕਿਉਂਕਿ ਤੁਹਾਡਾ ਇਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ ਜਿਸ ਤਰ੍ਹਾਂ ਬਾਣੀ ਵਿੱਚ ਵੀ ਲਿਖਿਆ ਕਿ ਜਿਨ ਪ੍ਰੇਮ ਕੀ ਉਹ ਤੇ ਨਹੀਂ ਕਰ ਪਾਇਓ, ਜੇ ਤੁਸੀਂ ਪ੍ਰੇਮ ਕਰੋਗੇ ਤੁਸੀਂ ਪ੍ਰਭੂ ਨੂੰ ਪਰਮਾਤਮਾ ਵੀ ਪਾ ਸਕਦੇ। ਇਸ ਉਹਦਾ ਸਾਰਾ ਪਿਆਰ ਦਾ ਜੀ, ਪਿਆਰ ਨਾਲ ਰਹਿਣਾ ਚਾਹੀਦਾ ਸਾਰਿਆਂ ਨੂੰ, ਆਪਸੀ ਭਾਈਚਾਰਾ ਜਿਹੜੇ ਸਾਂਝਾ ਉਹ ਬਣਾ ਕੇ ਰੱਖਣੀ ਚਾਹੀਦੀਆਂ। ਜਿਸ ਤਰ੍ਹਾਂ ਮੈਂ ਦਿੱਲੀ ਵਿੱਚ ਦੇਖਿਆ ਸੀ ਕਿ ਸਾਡੇ ਕਿਸਾਨ ਭਰਾ ਔਰ ਮਜ਼ਦੂਰ ਭਰਾ ਸਾਰੇ ਉੱਥੇ ਇਕੱਤਰ ਸੀ, ਔਰ ਉਹ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਮੁਸਲਮਾਨ ਭਾਈਚਾਰਾ ਜਿਹੜੇ ਕੋਟੇ ਤੋਂ ਉਹ ਵੀ ਸਾਰੇ ਉਹਦੇ ਨਾਲ ਸੀ। ਕਿੰਨੀ ਖੁਸ਼ੀ ਹੁੰਦੀ ਹੈ ਜੇ ਸਾਰੇ ਆਪਸੀ ਇਸ ਤਰ੍ਹਾਂ ਭਾਈਚਾਰਾ ਬਣਾ ਕੇ ਰੱਖਣ, ਪਿਆਰ ਬਣਾ ਕੇ ਰੱਖਣ, ਇਹ ਮੁਹੱਬਤਾਂ ਨੂੰ ਬਣਾ ਕੇ ਰੱਖਣ, ਬੜੀ ਖੁਸ਼ੀ ਹੋਵੇਗੀ ਸਾਰੇ ਆਪਸੀ ਮਿਲਵਰਤਨ ਭਾਈਚਾਰੇ ਨਾਲ। ਤੇ ਦੁਨੀਆਂ ਚੱਲੀਏ ਆਪਾਂ, ਇਹ ਚੱਲੇ ਸਭ ਨੇ ਜਾਣਾ ਹੀ ਹੈ, ਸਭ ਨੇ ਜਾਣਾ ਹੀ ਹੈ, ਤੇ ਇਹ ਜੋ ਪਿਆਰ ਹੈ ਉਹ ਹਮੇਸ਼ਾ ਹੀ ਬਰਕਰਾਰ ਵਧੀਆ ਟੱਕ ਨਾਲ ਜਿਹੜਾ ਜ਼ਿੰਦਗੀ 'ਚ, ਇਹ ਮੇਰਾ ਮੈਸੇਜ ਹੈ ਜੀ, ਇਹੀ ਸੰਦੇਸ਼ ਹੈ ਜੀ। ਸਰ ਦਰਸ਼ਕੋ, ਸਾਡੇ ਨਾਲ ਅੱਜ ਜੁੜੇ ਸੀਗੇ ਬਖਸ਼ੀ ਬਿੱਲਾ ਜੀ, ਜਿਨ੍ਹਾਂ ਦੇ ਤੁਸੀਂ ਕਾਫੀ ਮਕਬੂਲ ਗੀਤ ਸੁਣੇ ਨੇ ਅਤੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੁਣੋਗੇ ਅਤੇ ਸੁਣਦੇ ਰਹੋਗੇ। ਸੋ ਬਹੁਤ ਹੀ ਬੁਲੰਦ ਆਵਾਜ਼ ਜਿਹੜੀ ਕਿ ਇਹਨਾਂ ਦੀ ਹੈਗੀ ਆ, ਉਹ ਜਿਸ ਦੇ ਪਿੱਛੇ ਆਵਾਜ਼ ਦੇ ਪਿੱਛੇ ਮਿਹਨਤ ਹੁੰਦੀ ਆ, ਜਿਹੜੀ ਤੁਸੀਂ ਆਪਾਂ ਕੁਛ ਵੀ ਸੁਣਦੇ ਹਾਂ ਉਹਦੇ ਪਿੱਛੇ, ਖਾਸ ਕਰਕੇ ਇੰਨੀ ਬੁਲੰਦ ਆਵਾਜ਼ ਉਸਦੇ ਪਿੱਛੇ ਕਾਫੀ ਮਿਹਨਤ ਹੁੰਦੀ ਆ ਕਿ 45 ਸਾਲਾਂ ਤੋਂ ਉਹਨਾਂ ਨੇ ਇਸ ਆਵਾਜ਼ ਨੂੰ ਬਰਕਰਾਰ ਰੱਖਿਆ ਆ। ਉਸਦੇ ਵਿੱਚ ਆਪਾਂ ਕਿੰਨੇ ਗੀਤ ਅੱਜ ਉਹਨਾਂ ਕੋਲੋਂ ਸੁਣੇ ਨੇ ਅਤੇ ਉਹ ਉਸੇ ਤਰ੍ਹਾਂ ਕੜਕਦੇ ਗੜਕਦੇ ਗੀਤ ਸੀਗੇ ਸਾਰੇ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ, ਕਿਉਂਕਿ ਸਾਡੇ ਜਿਹੜੇ ਪ੍ਰੋਗਰਾਮ ਨੇ ਜਿਹੜਾ ਜਸ ਪੰਜਾਬੀ ਹੈ, ਇਸ ਦੇ ਪ੍ਰੋਗਰਾਮ ਪੂਰੀ ਦੁਨੀਆ ਦੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ, ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਵੱਖਰੇ ਵੱਖਰੇ ਸਮੇਂ ਦੇ ਉੱਪਰ ਟੈਲੀਕਾਸਟ ਕੀਤੇ ਜਾਂਦੇ ਨੇ। ਸੋ ਬਖਸ਼ੀ ਬਿੱਲਾ ਭਾਅ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਲਈ ਸਮਾਂ ਕੱਢਣ ਲਈ, ਕਿਉਂਕਿ ਜਦੋਂ ਆਪਾਂ ਇੰਡੀਆ ਦੇ ਵਿੱਚੋਂ ਲੈਂਦੇ ਹਾਂ ਆਪਣੇ ਗੈਸਟ ਅਤੇ ਰਾਤ ਦਾ ਕਾਫੀ ਸਮਾਂ ਹੋ ਚੁੱਕਿਆ ਹੁੰਦਾ ਵਾ, ਅਤੇ ਉਸਦੇ ਲਈ ਅਸੀਂ ਹਮੇਸ਼ਾ ਮਾਫ਼ੀ ਜ਼ਰੂਰ ਮੰਗਦੇ ਹਾਂ ਆਪਣੇ ਮਹਿਮਾਨ ਕੋਲੋਂ। ਅਤੇ ਦਰਸ਼ਕੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕਾਫੀ ਹੈ। ਅਤੇ ਜੇ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸਾਡੇ ਨਾਲ ਜੁੜ ਸਕਦੇ ਹੋ। ਸੋ ਦਰਸ਼ਕੋ, ਆਪਣੀ ਸਿਹਤ ਦਾ ਰੱਖੋ ਧਿਆਨ, ਸਫਾਈ ਬਣਾਏ ਰੱਖੋ, ਅਤੇ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ। ਰੱਬ ਰਾਖਾ।